ਕਹਿੰਦਾ ਮੈਂ ਦੁਨੀਆ ਵੱਧ ਤੋਂ ਵੱਧ ਇਕੱਠੀ ਆਪਣੇ ਕਾਬੂ ਕਰਕੇ ਰੱਖਣੀ ਹੈ, ਜ਼ਮੀਨ ਕਹਿੰਦੀ ਮੈਂ ਰੱਖਣੀ। ਸੋ ਬਹੁਤੇ ਲੋਕ ਨੇ ਜਿਹੜੇ ਉਹ ਧਨ ਇਕੱਠਾ ਕਰਦੇ ਕਰਦੇ ਇੱਕ ਦੂਜੇ ਨਾਲ ਲੜਦੇ ਨੇ, ਤੇ ਦੂਜੇ ਨੂੰ ਰਾਜ ਸ਼ਕਤੀਆਂ ਨੇ ਜਿਹੜੀਆਂ ਉਹ ਜ਼ਮੀਨ ਇਕੱਠੀ ਕਰਦੀ ਕਰਦੀ ਇੱਕ ਦੂਜੇ ਨੂੰ ਮਿਲਦੀ ਜਾਂਦੀਆਂ। ਉਹ ਕਹਿੰਦਾ ਮੈਂ ਹੱਦਾਂ ਵਧਾਉਣੀਆਂ ਨੇ, ਦੂਜਾ ਕਹਿੰਦਾ ਮੇਰੀ ਹੱਦ ਨੂੰ ਮੈਨੇ ਹੱਥ 'ਚ ਪਾਇਆ। ਰਾਜੇ ਦੇ ਝਗੜੇ ਹੋ ਗਏ, ਪਰਿਵਾਰਾਂ ਦੇ ਝਗੜੇ ਹੋ ਗਏ, ਸਾਰੀ ਦੁਨੀਆਂ ਨੇ ਨਾ ਦੋ ਰੁਪਏ ਤੇ ਹੀ ਸੁਣੀ। ਤੇ ਅੱਗੋਂ ਕਹਿੰਦੇ ਸਤਿਗੁਰੂ ਕਹਿੰਦੇ ਵਾਧਾ ਫਿਰ ਕਿਵੇਂ ਹੁੰਦਾ, ਕਿਵੇਂ ਝਗੜੇ ਵੱਧਦੇ ਬਹੁਤੇ ਕਿਵੇਂ ਵੱਧਦੇ ਨੇ। ਮੋਹੇ ਵਾਲਾ ਅਹੰਕਾਰ ਉਸਾਰਾ, ਜਿੱਥੇ ਧਨ ਆ ਦੌਲਤ ਆ ਜਾਵੇ ਇਹ ਸਰੀਰਾਂ ਦਾ ਸੁਭਾਅ ਹੈ। ਜਿਹੜਾ ਸਰੀਰ ਹੈ ਨਾ ਮਨੁੱਖ ਦਾ, ਇਹਦੇ ਅੰਦਰ ਮੋਹ ਸ਼ਾਂਤੀ ਇਹ ਸਾਡੇ ਸੁਭਾਅ ਦੇ ਵਿੱਚ ਵਰਤਦੇ, ਸਦਾ ਮਨ ਅਸ਼ਾਂਤ ਰਹਿਣਾ ਹੁੰਦਾ। ਕਦੇ ਰੱਜ ਦਾ ਜਿੰਨਾ ਰੱਜ ਹੁੰਦਾ ਇਸ ਨਾ ਸ਼ਾਂਤੀ ਆਉਂਦੀ ਹੈ। ਰਾਗ ਦਵੈ ਬਹੁਤ ਵੀ ਇਹਦੇ ਅੰਦਰ ਵੱਸਦਾ, ਈਰਖਾ ਵੀ ਇਹਦੇ ਅੰਦਰ ਵੱਸਦਾ। ਸੋ ਜਿੱਥੇ ਧਨ ਆ ਜਾਵੇ, ਦੌਲਤ ਜੀਵ ਆ ਜਾਵੇ, ਉੱਥੇ ਬਹੁਤ ਹੀ ਵੱਧ ਜੂਗਾ, ਉੱਥੇ ਈਰਖਾ ਵੀ ਵੱਧੂ। ਬਹੁਤ ਸਾਡਾ ਰਹੇਗਾ, ਅਸੀਂ ਧਨ ਦਾ ਪਿਆਰ ਕਰਾਂਗੇ ਅਤੇ ਈਰਖਾ ਅਤੇ ਸਾਡੇ ਭਰਾਵਾਂ ਨੂੰ ਗੁਆਂਢੀਆਂ ਨੂੰ ਤਰੀਕਾ ਵੀ ਮਾਰਿਆ ਜਾਂਦਾ। ਸਤਿਗੁਰੂ ਤੋਂ ਦੂਰ ਚਲਿਆ ਜਾ ਕਦੇ ਭੋਗ ਨਾ ਪਾਇਆ ਜਾਂਦਾ। ਇਹ ਸਰੀਰ ਸਾਰਾ ਕਿਹੋ ਜਿਹੇ ਗੰਦੇ ਤੱਤਾਂ ਤੋਂ ਇਹਦੀ ਰੋਟੀ ਹੁੰਦੀ ਹੈ, ਕਿਹੋ ਜਿਹੇ ਔਗੁਣ ਕਿਹੋ ਜਿਹੇ ਚੀਜ਼ਾਂ ਇਹ ਸਰੀਰ ਦੇ ਅੰਦਰ ਬੈਠੀਆਂ ਹਨ, ਇਹਨਾਂ ਨੂੰ ਸਾਂਭਣ ਦੇ ਲਈ ਸਾਥ ਅਸੀਂ ਗੁਰੂ ਸ਼ਰਨ ਆਉਂਦੇ ਹਾਂ। ਸਰੀਰ ਦੇ ਅੰਦਰੋਂ ਗੁਣ ਪ੍ਰਗਟ ਹੋ ਜਾਣ ਅਤੇ ਸਾਡੀ ਯਾਤਰਾ ਜਿਹੜੀ ਸਫਲ ਹੋ ਜਾਣ। ਸੋ ਸੁਖਰਾਤ ਹੈ ਜਿਹੜਾ ਇਹ ਬੜੇ ਅਮੀਰ ਕਰਦਾ ਸੀ, ਇਹਦੇ 'ਤੇ ਦੋਸ਼ ਇਹ ਲੱਗਿਆ ਕਿ ਇੱਕ ਤਾਂ ਇਹ ਜਿਹੜੇ ਯੂਥ ਹੈ ਉਹਨਾਂ ਸਾਰਿਆਂ ਨੂੰ ਗੁੰਮਰਾਹ ਕਰ ਰਿਹਾ, ਕਿਉਂਕਿ ਸਾਰੀ ਯੂਥ ਸੀ ਇਹਦੇ ਮਗਰ ਲੱਗੀ ਸੀ, ਨੌਜਵਾਨ ਸਾਰੇ ਇਹਦੇ ਮਗਰ ਲੱਗੇ। ਇਹ ਕੋਈ ਯੂਨੀਵਰਸਿਟੀਆਂ 'ਚ ਪੜ੍ਹਾਉਂਦਾ ਨਹੀਂ ਸੀ, ਇਹ ਸੜਕਾਂ ਦੇ ਉੱਤੇ ਤੁਰ ਕੇ ਤੁਰ ਫਿਰ ਕੇ ਨੌਜਵਾਨਾਂ ਨਾਲ ਗੱਲਾਂ ਕਰਦਾ ਹੁੰਦਾ। ਜਦੋਂ ਅਖੀਰ ਦੇ ਵਿੱਚ ਇਹਨੇ ਦੇਖਿਆ ਕਿ ਹੁਣ ਆਪਣੀ ਟੌਰਚ ਹੈ ਜਿਹੜੀ ਮੈਂ ਗਿਆਨ ਦੀ ਹੋਰ ਕਿਸੇ ਦੇ ਜਾਵਾਂ, ਗਲੀ ਦੇ ਵਿੱਚ ਤੁਰਿਆ ਜਾਂਦਾ, ਨੌਜਵਾਨ ਮੁੰਡਾ ਸਾਹਮਣੇ ਆ ਗਿਆ, ਦੀਵਾ ਬੱਤੀ ਜਗਾਈ ਜਾਂਦਾ ਹੱਥ ਦੇ ਵਿੱਚ ਮੋਮਬੱਤੀ। ਉਹਨੂੰ ਕਹਿੰਦਾ ਕਹਿੰਦਾ ਕਾਕਾ ਹੋਇਆ ਆ ਗਿਆ ਉਹ ਕੋਲ, ਕਹਿੰਦਾ ਦੱਸੋ, ਕਹਿੰਦਾ ਕਿਉਂ ਦੱਸ ਵੀ ਅੱਗ ਕਿੱਥੋਂ ਆਈ, ਜਿਹੜੀ ਮੋਮਬੱਤੀ ਬੱਚਦੀ ਹੈ ਨਾ ਬੱਚਦੀ ਹੈ, ਅੱਗ ਕਿੱਥੋਂ ਆਈ ਇਹਦੇ ਵਿੱਚ। ਉਹ ਕਹਿੰਦਾ ਇਹਦੇ ਵਰਗਾ ਹੀ, ਕਿਉਂ ਪਤਾ ਸੀ ਵੀ ਇਹ ਨੌਜਵਾਨ ਬੜਾ ਹੋਣਹਾਰ ਹੈ, ਪਰ ਗੁੱਗ ਮਾਰ ਕੇ ਬੱਤੀ ਬੁਝਾਤੀ। ਕਹਿੰਦਾ ਮੈਨੂੰ ਨਹੀਂ ਆਉਂਦਾ ਸੀ ਤੂੰ ਗਈ ਕਿੱਥੇ ਆ, ਤੂੰ ਗਈ ਕਿੱਥੇ। ਕਹਿੰਦਾ ਆ ਜਾ ਤੈਨੂੰ ਹੀ ਮੈਂ ਲੱਭਦਾ, ਇਹ ਸ਼ਿਗਰ ਕਹਿੰਦਾ ਬਲੈਕ ਬਣਿਆ, ਇਹੋ ਇਹ ਵਿਦਿਆ ਪੜ੍ਹਾਉਂਦਾ। ਸੋ ਇੱਕ ਦੋਸ਼ ਇਹ ਲੱਗਿਆ, ਦੂਸਰਾ ਲੱਗਿਆ ਵੀ ਜਿੰਨੇ ਗੋਡ ਸਨ ਜਿਹੜੇ ਦੇਵਤੇ ਸਨ, ਇਹ ਦੇਵਤੇ ਨਵੇਂ ਸਨ ਜਿਹੜੇ, ਉਹਨਾਂ ਨੂੰ ਉਹਨਾਂ ਬਾਰੇ ਦੱਸਦਾ ਸੀ। ਕਹਿੰਦਾ ਜਿਹੜੇ ਤੁਹਾਡੇ ਪੁਰਾਣੇ ਨੇ ਇਹਨਾਂ ਦੀ ਪੂਜਾ ਵਹਿਮਾਂ ਭਰਮਾਂ ਦੇ ਵਿੱਚ ਲੈ ਕੇ ਜਾਂਦੀ ਹੈ, ਇਹਨਾਂ ਦੇ ਵਿੱਚ ਨਾ ਜਾਓ। ਇਹ ਦੋ ਦੋਸ਼ ਲਾ ਕੇ ਪੂਰਾ ਮਹੀਨਾ ਡੇਢ ਮਹੀਨਾ ਇਹਦੇ 'ਤੇ ਕਿਰਾਇਆ ਚੱਲਿਆ, ਅਤੇ ਜਿੰਨੇ ਇਹਦੇ ਸ਼ਗਿਰਦ ਸੀ ਸਾਰੇ ਦੇ ਸਾਰੇ ਇਹਦੇ ਕੋਲ ਰੋਜ਼ ਜੇਲ੍ਹ ਦੇ ਵਿੱਚ ਮਿਲ ਜਾਂਦੇ। ਏਡਾ ਭਾਰੀ ਮਹਾਤਮਾ ਜਿਹੜਾ ਮੌਤ ਤੋਂ ਬਿਲਕੁਲ ਨਹੀਂ ਡਰਿਆ। ਜਿੰਨੀਆਂ ਇਹਦੀਆਂ ਮਹੀਨਾ ਡੇਢ ਮਹੀਨਾ ਡਿਸਕਸ਼ਨ ਹੋਈਆਂ, ਜਿੰਨੇ ਉਹ ਸਵਾਲ ਪੁੱਛੇ ਪਏ ਯੂਰਪ ਦੇ ਵਿੱਚ ਲਾਇਬ੍ਰੇਰੀਆਂ ਦੇ ਵਿੱਚ ਜਾਓ ਤੁਸੀਂ, ਉਹ ਸਾਰੇ ਡਾਇਲੌਗ ਨੇ ਜਿਹੜੀਆਂ ਸਾਰੀਆਂ ਕਥਾ ਕਹਾਣੀਆਂ ਸਾਰੀਆਂ ਕਿਤਾਬਾਂ ਭਰੀਆਂ ਪਈਆਂ ਨੇ, ਜੋ ਇਹਦੇ ਜਵਾਬ ਦਿੱਤੇ ਰਾਜੀ ਨੂੰ ਸੁਣ ਸੁਣ ਕੇ ਹੈਰਾਨ ਹੋ ਗਏ। ਸੋ ਇਹਨੂੰ ਕਿਹਾ ਇਹ ਨੱਠ ਜਾ ਇਹਦੇ ਵਿੱਚੋਂ ਨੱਠ ਜਾ ਤੂੰ ਬਚਾ ਕਰ ਲਾ ਆਪਣਾ। ਕਹਿੰਦਾ ਇਹੀ ਘੜੀ ਨੂੰ ਤਾਂ ਮੈਂ ਉਡੀਕਦਾ, ਜਿਹੜੀ ਮੌਤ ਤੋਂ ਦੁਨੀਆਂ ਡਰਦੀ ਹੈ ਇਹ ਮੈਂ ਸਿਖਾਉਂਦਾ ਰਿਹਾ, ਇਹੀ ਘੜੀ ਨੂੰ ਉਡੀਕਦਾ, ਇਹਨੇ ਹੀ ਮੈਨੂੰ ਪਰਮ ਸੁੱਖ ਦੇਣਾ। ਸੋ ਪਿਆਲਾ ਜ਼ਹਿਰ ਦਾ ਹੈਮਲੌਕ ਇੱਕ ਬੂਟਾ ਗ੍ਰੀਸ ਵਾਲੇ ਪਾਸੇ, ਉਹ ਘੋਲ ਕੇ ਇਹਨੂੰ ਪਿਲਾਇਆ ਗਿਆ, ਘੋਲਿਆ ਗਿਆ, ਉਹ ਘੋਲ ਕੇ ਇਹਨੂੰ ਕੱਪ ਪੇਸ਼ ਕੀਤਾ ਗਿਆ। ਉਹਨੂੰ ਜਦੋਂ ਕੱਪ ਦਿੱਤਾ ਗਿਆ ਤਾਂ ਉਸ ਨੌਜਵਾਨ ਜਿਹਨੇ ਕੱਪ ਦਿੱਤਾ ਇਹਨੂੰ ਜ਼ਹਿਰ ਦਾ, ਕਹਿੰਦਾ ਵੀ ਇਹ ਕਿਵੇਂ ਪੀਣਾ, ਕੀ ਹਿਸਾਬ ਹੈ ਇਹਦਾ। ਕਹਿੰਦਾ ਇਹਨੂੰ ਪੀ ਲੈਣਾ,
ਤੇ ਟੀਕੇ ਨੂੰ ਤੁਰਦਾ ਫਿਰਦਾ ਰਹੀ ਮੇਰੀ ਲੱਤਾਂ ਸੁਣ ਹੋਣਗੀਆਂ ਫਿਰ ਉੱਪਰ ਸਰੀਰ ਸੁਣ ਹੁੰਦਾ ਜਾਊਗਾ ਫਿਰ ਪ੍ਰਾਣ ਨਿਕਲ ਜਾਊ ਹੱਸ ਕੇ ਫੜ ਲਿਆ ਤਪ ਪੀ ਲਿਆ ਜਹਦਾ ਤੁਰਦਾ ਫਿਰਦਾ ਰਿਹਾ ਲੱਤਾਂ ਸੁਣ ਹੋਣਗੀਆਂ ਸਰੀਰ ਛੱਡ ਕੇ ਪਾਸੇ ਹੋਰਾ ਵੀ ਇਹਦੀ ਜ਼ਿੰਦਗੀ ਦੇ ਵਿੱਚ ਮੌਤ ਦਾ ਡਰ ਹੈ ਇਹ ਪਹਿਲੇ ਸਰੀਰ ਦੀ ਤਰ੍ਹਾਂ ਦੂਜੇ ਹਜ਼ਰਤ ਈਸਾ ਜੀ ਮਿਲੇ ਨੇ ਹਜ਼ਰਤ ਈਸਾ ਜੀ ਸਾਹਿਬ ਜਿਹੜੇ ਉਹਨਾਂ ਨੇ ਇੰਨੀ ਗੱਲ ਕਹੀ ਹੈ ਜਦੋਂ ਕੰਨਿਆਂ ਦਾ ਤਾਜ ਸਿਰ ਦੇ ਉੱਤੇ ਰੱਖ ਲਿਆ ਹਿੰਦੂ ਦੀ ਭਾਸ਼ਾ ਦੇ ਵਿੱਚ ਉਹਨਾਂ ਨੇ ਬਚਨ ਬੋਲੇ ਸਨ ਇਹਦੀ ਲਾਮਾ ਸਵਾਗ ਕਰਨੀ ਇਹਦਾ ਮਤਲਬ ਹੈ ਹੇ ਅਰਥ ਹੇ ਵਾਹਿਗੁਰੂ ਗੋਡ ਮੈਨੂੰ ਭੁੱਲਤਾ ਨਹੀਂ ਗਿਆ ਤੂੰ ਮੈਨੂੰ ਭੁੱਲਣਾ ਨਹੀਂ ਜੇ ਦੁੱਖ ਟਲ ਸਕਦਾ ਤਾਂ ਟਾਲ ਦੇ ਪਰ ਫਿਰ ਬਾਅਦ ਦੇ ਵਿੱਚ ਉਹਨਾਂ ਨੇ ਐਕਸੈਪਟ ਕਰ ਲਈ ਸਾਰੀ ਗੱਲ ਇਹ ਪਤਾ ਸਾਰਾ ਪਹਿਲਾਂ ਸਾਰਾ ਦੱਸਦੇ ਗਏ ਨੇ ਆਪਣੇ ਜਿੰਨੇ ਉਹਨਾਂ ਦੇ 12 ਚੇਲੇ ਸੀ ਉਹਨਾਂ ਨੂੰ ਦੱਸਤੀ ਹੈ ਗੱਲ ਇਹਨਾਂ ਨੇ ਵੀ ਤੁਹਾਡੇ ਵਿੱਚੋਂ ਇੱਕ ਨੇ ਜਿਹਦੇ ਨਾਲ ਧੋਖਾ ਕਰਨਾ ਉਹਨੇ ਫੜਾਉਣਾ ਦੂਜੇ ਨੇ ਮੁਕਰ ਜਾਣਾ ਤੁਸੀਂ ਸਾਰਿਆਂ ਨੇ ਨੱਠ ਜਾਣਾ ਮੇਰਾ ਸਮਾਂ ਆ ਗਿਆ ਸੋ ਤੀਹ ਚਾਂਦੀ ਦੇ ਸਿੱਕਿਆਂ ਤੱਕ ਜਿਹੜਾ ਜੂਡਾ ਸੀ ਉਹਨੇ ਹਜ਼ਰਤ ਈਸਾ ਜੀ ਨੂੰ ਫੜਾ ਦਿੱਤਾ ਪਰ ਬਾਅਦ ਦੇ ਵਿੱਚ ਜਦੋਂ ਕੋਰਟ ਦੇ ਵਿੱਚ ਰੋਮ ਗਵਰਨਰ ਸੀ ਉਹਦੀ ਸਭਾ ਦੇ ਵਿੱਚ ਜਾ ਕੇ ਪੁੱਛਿਆ ਦੇਖਿਆ ਉਸਨੇ ਬੈਠ ਕੇ ਦੇਖਿਆ ਵੀ ਹਜ਼ਰਤ ਈਸਾ ਜੀ ਫਾਂਸੀ ਦਾ ਹੁਕਮ ਦਿੱਤਾ ਕਰੂਸੀਫਾਈ ਕਰਨ ਦਾ ਹੁਕਮ ਦੇ ਦਿੱਤਾ ਉਹਦੇ ਮਨ ਦੇ ਵਿੱਚ ਇੰਨਾ ਦੁੱਖ ਲੱਗਿਆ ਵੀ ਮੈਂ ਨਿਰਦੋਸ਼ ਆਦਮੀ ਨੂੰ ਮਰਾ ਦਿੱਤਾ ਏਡਾ ਵੱਡਾ ਮਹਾਨ ਮਹਾਂਪੁਰਖ ਸੀ ਇਹ ਉਹਨੇ ਜਾ ਕੇ ਫਾਹਾ ਲੈ ਕੇ ਉਹ ਮਰ ਗਿਆ ਨਾਲ ਦੋ ਬੰਦੇ ਸਨ ਉਹਨਾਂ ਦੇ ਜਿਹੜੇ ਰੋਮ ਪ੍ਰੀਸਟ ਸਨ ਰੋਮ ਦੇ ਪ੍ਰੀਸਟ ਪਾਦਰੀ ਸਨ ਜਿਹੜੇ ਉਹਨਾਂ ਨੇ ਲੋਕਾਂ ਦੇ ਵਿੱਚ ਧੋਖਾ ਪਾਉਣ ਦੇ ਲਈ ਆਮ ਤੌਰ 'ਤੇ ਸਰਕਾਰਾਂ ਨੇ ਜਿਹੜੀਆਂ ਜਿਹੜਾ ਕਰਮ ਕਰਦੀਆਂ ਨੇ ਨਾ ਆ ਇੰਡੀਅਨ ਗੌਰਮੈਂਟ ਨੇ 84 ਦੇ ਵਿੱਚ ਹਮਲਾ ਕੀਤਾ ਜੋ ਕੁਛ ਜਿੰਨੇ ਸਿੱਖ ਮਾਰੇ ਗਏ ਨੇ ਜੋ ਕੁਛ ਕੀਤਾ ਇਹਨੂੰ 25 ਸਾਲ ਤੱਕ ਗੁਪਤ ਰੱਖਣ ਦਾ ਇਹਨਾਂ ਦਾ ਹੁਕਮ ਹੈ ਸਰਕਾਰ 25 ਸਾਲ ਤੱਕ ਪ੍ਰਗਟ ਨਹੀਂ ਕਰਦੀ ਜਿਹੜਾ ਅੰਦਰੋਂ ਅੰਦਰੀ ਜਿਹੜੇ ਪਾਪ ਕਰਦੇ 25 ਸਾਲ ਬਾਅਦ ਵਿੱਚ ਪਤਾ ਲੱਗਦਾ ਜਾਂ ਸਾਰਾ ਸਾਰਾ ਮਾਮਲਾ ਜਿਹੜਾ ਬਸ ਦੇ ਰਿਹਾ ਹੈ ਸੋ ਹਕੂਮਤਾਂ ਨੇ ਜਿਹੜੀਆਂ ਹਕੂਮਤਾਂ ਨੇ ਦੋ ਬੰਦੇ ਨਾਲ ਉਹਨਾਂ ਦੇ ਦੋ ਕ੍ਰਿਮੀਨਲ ਸੀ ਉਹਨਾਂ ਨੂੰ ਦੋਵਾਂ ਜਾਣਿਆਂ ਨੂੰ ਖੱਬੇ ਸੱਜੇ ਕਰਕੇ ਲਟਕਾਇਆ ਸੀ ਉਹਨਾਂ ਨੂੰ ਵੀ ਕਰੂਸੀਫਾਈ ਕੀਤਾ ਇਹ ਸਿੱਧ ਕਰਨ ਦੇ ਲਈ ਵੀ ਜਿਹੋ ਜਿਹੇ ਇਹ ਕ੍ਰਿਮੀਨਲ ਨੇ ਉਹੋ ਜਿਹੇ ਅਸਲੀ ਸਾਜੀ ਹੈ ਪਰ ਦੁਨੀਆਂ ਸਾਰੀ ਨੂੰ ਪਤਾ ਹੁੰਦਾ ਹੈ ਵੀ ਜਿਹੜੇ ਭਲੇ ਬੰਦੇ ਕੌਣ ਨੇ ਤੇ ਕ੍ਰਿਮੀਨਲ ਕੌਣ ਨੇ ਜਿਹੜਾ ਨਾਲ ਵਾਲਾ ਸੀ ਇੱਕ ਸੀ ਉਹ ਹਜ਼ਰਤ ਈਸਾ ਜੀ ਨੂੰ ਗਾਲਾਂ ਕੱਢਦਾ ਸੀ ਤੂੰ ਆਪਣੇ ਆਪ ਨੂੰ ਯਹੂਦੀਆਂ ਦਾ ਰਾਜਾ ਕਹਾਉਣ ਤੂੰ ਆਪਣੇ ਆਪ ਨੂੰ ਤਾਂ ਬਚਾ ਨਹੀਂ ਸਕਦਾ ਇਹਨਾਂ ਨੂੰ ਕੀ ਬਚਾਏਗਾ ਨਾਲ ਸਾਨੂੰ ਵੀ ਮਾਰਨ ਲੱਗਿਆ ਦੂਜਾ ਸੀ ਨਾਲ ਵਾਲਾ ਜਿਹੜਾ ਉਹ ਹੱਥ ਜੋੜ ਕੇ ਨਮਸਕਾਰ ਕਰੇ ਵੀ ਲਾਰਡ ਤੂੰ ਆਪ ਤਾਂ ਜਿਹੜਾ ਕਿੰਗਡਮ ਦੇ ਵਿੱਚ ਆਪ ਤਾਂ ਚਲੇ ਜਾਣਾ ਰੱਬ ਦੀ ਦਰਗਾਹ ਦੇ ਵਿੱਚ ਮੈਨੂੰ ਵੀ ਨਾਲ ਲੈ ਜੀ ਮੇਰੇ ਉੱਤੇ ਵੀ ਦਰਸ਼ ਕਰੀ ਮੈਂ ਪਾਪੀ ਪਰ ਮੈਨੂੰ ਮੇਰੇ ਦੇ ਚੰਗੇ ਕਰਮ ਨੇ ਵੀ ਤੇਰੇ ਦਰਸ਼ਨ ਹੋ ਰਹੇ ਸੋ ਕਹਿੰਦਾ ਇਹ ਹੋ ਉਹ ਨਾਲ ਗਿਆ ਸੋ ਹਜ਼ਰਤ ਈਸਾ ਜੀ ਭਾਵੇਂ ਜਿਹੜੀ ਬਾਅਦ ਵਿੱਚ ਆਪਾਂ ਕਹਾਣੀ ਸੁਣਦੇ ਵੀ ਰਿਵਾਈ ਹੋਏ ਉਹ ਰੈਜ਼ਰੈਕਸ਼ਨ ਹੋਈ ਉਹ ਕਹਾਣੀ ਬਾਅਦ ਫਿਰ ਹਸਨ ਤੇ ਹੁਸੈਨ ਹੋਏ ਇਹ ਹਜ਼ਰਤ ਮੁਹੰਮਦ ਸਾਹਿਬ ਦੇ ਦੋਹਤੇ ਸਨ ਤੁਸੀਂ ਇਰਾਕ ਦੇ ਵਿੱਚ ਚਲੇ ਜਾਓ ਇਰਾਨ ਦੇ ਵਿੱਚ ਚਲੇ ਜਾਓ ਦੁਨੀਆ ਕੌਲੀ ਹੋਈ ਆ ਹਰੇਕ ਦੇ ਨਾਂ ਨਾਲ ਹੁਸੈਨ ਸੁਣੋ ਹਰੇਕ ਨੌਜਵਾਨ ਦੇ ਨਾਂ ਨਾਲ ਹੁਸੈਨ ਲੱਗਿਆ ਹੋ ਇੰਨੇ ਕਮਲੇ ਹਨ ਉਹ ਹਸਨ ਹੁਸੈਨ ਨੂੰ ਇੰਨਾ ਪਿਆਰ ਆਪਣੇ ਆਪ ਤੇ ਮਾਰ ਮਾਰ ਕੇ ਲੋਕ ਇਹਦੇ ਜਿਹੜੇ ਹਨ ਸੰਗਲ ਲਹੂ ਲਗਾਣ ਕਰ ਲੈਂਦੇ ਜਿਸ ਜਿਸ ਦਿਨ ਉਹਨਾਂ ਦੀ ਸ਼ਹੀਦੀ ਹੋਈ ਇਹ ਮਸੂਰ ਚੌਥਾ ਸ਼ਹੀਦ ਮਸੂਰ ਲਿਆ ਗਿਆ ਮਸੂਰ ਬੜਾ ਉੱਚੀ ਅਵਸਥਾ ਵਾਲਾ ਬੜੀ ਉੱਚੀ ਅਵਸਥਾ ਵਾਲਾ ਸੋ ਇਹਨੂੰ ਸ਼ਹੀਦ ਕੀਤਾ ਗਿਆ ਜਿਹੜਾ ਖਲੀਫੇ ਨੇ ਹੁਕਮ ਦੇ ਕੇ ਸ਼ਹੀਦ ਕੀਤਾ ਖਲੀਫੇ ਦੀ ਮਾਂ ਇਹਨੂੰ ਜੇਲ੍ਹ ਦੇ ਵਿੱਚ ਮਿਲ ਜਾਂਦੀ ਹਕੂਮਤਾਂ ਡਰਦੀਆਂ ਵੀ ਨੇ ਸ਼ਹੀਦਾਂ ਤੋਂ ਅਤੇ ਹਕੂਮਤਾਂ ਮਾਰ ਦਿੰਦੀਆਂ ਨਸ਼ੇ ਪੀ ਕੇ ਮਾਰ ਦਿੰਦੀਆਂ ਨੇ ਨਸ਼ੇ ਦੇ ਵਿੱਚ ਹੰਕਾਰ ਦੇ ਨਸ਼ੇ ਦੇ ਵਿੱਚ ਆ ਕੇ ਬਾਅਦ ਨੂੰ ਪਛਤਾਉਂਦੀਆਂ ਜਦੋਂ ਸਾਰਾ ਕੁਝ ਮਿਲ ਜਾਂਦਾ ਸੋ ਖਲੀਫੇ ਦੀ ਮਾਂ ਜਾ ਕੇ ਕਹਿਣ ਲੱਗੇ ਵੀ ਫਕੀਰ ਆ ਬਗਦਾਦ ਨੂੰ ਤੂੰ ਖਰਾਬ ਨਾ ਦੇ ਮਨਸੂਰ ਕਹਿਣ ਲੱਗਿਆ ਮਾਤਾ ਫਕੀਰ ਨੇ ਜਿਹੜੇ ਉਹ ਸ਼ਰਾਬ ਨਹੀਂ ਦਿੰਦੇ ਹੁੰਦੇ ਉਹ ਸੱਚੀ ਗੱਲ ਕਹਿਣ ਤੋਂ ਟਲਦੇ ਨਹੀਂ ਸੱਚੀ ਗੱਲ ਕਹਿਣ ਤੋਂ ਟਲਦੇ ਨਹੀਂ ਸੋ ਤੂੰ ਆਈ ਹੈ ਮੇਰੇ ਕੋਲ ਮੈਂ ਸੱਚੀ ਗੱਲ ਇਹ ਕਹਿ ਦਿੰਦਾ ਬਗਦਾਦ ਦਾ ਜਿਹੜਾ ਦਜਲਾ ਦਰਿਆ ਹੈ ਨਾ ਜਦੋਂ
ਮੈਨੂੰ ਸ਼ਹੀਦ ਕਰ ਦਿੱਤਾ ਗਿਆ ਤਾਂ ਦਜਲਾ ਇੰਨੀ ਤਬਾਹੀ ਪਹੁੰਚਾਏਗਾ ਨਾ, ਦਜਲਾ ਦਰਿਆ ਜਿਹੜਾ ਬਗਦਾਦ ਨੂੰ ਰੋੜ ਛੱਡੇਗਾ। ਤੇ ਜਿਹੜਾ ਸ਼ਿਵਲੀ ਸੀ ਉਹ ਕਹਿਣਗਾ ਵੀ ਹਰਸਾਈ ਬਚਾ ਕਿਵੇਂ ਹੋਊਗਾ ਬਗਦਾਦ ਸ਼ਹਿਰ ਦਾ, ਨਿਰਦੋਸ਼ ਲੋਕ ਮਾਰੇ ਜਾਣ ਕੇ ਕਹਿਣਾ ਮੇਰੀ ਗੋਦੀ ਹੈ, ਇਹਨੂੰ ਲੈ ਜੀ ਜਾ ਕੇ ਦਿਖਾ ਦੀ ਦਰਿਆ ਨੂੰ ਤੇ ਦਰਿਆ ਜਿਹੜਾ ਮੁੜੂਗਾ। ਉਵੇਂ ਹੋਇਆ ਜਦੋਂ ਮਨਸੂਰ ਸ਼ਹੀਦ ਕਰ ਦਿੱਤਾ ਗਿਆ, ਦਰਿਆ ਦਜਲਾ ਚੜ੍ਹਿਆ ਮਾਰੋ ਮਾਰ ਕਰਦਾ, ਬਹੁਤ ਤਬਾਹੀ ਮਚਾਈ ਤੇ ਉਸ ਫਕੀਰ ਨੇ ਜਾ ਕੇ ਗੋਦੜੀ ਦਿਖਾਈ ਤੇ ਦਰਿਆ ਦਜਲਾ ਜਾ ਕੇ ਵਾਪਸ। ਇਹ ਚਾਰ ਵੱਡੇ ਸ਼ਹੀਦ ਹਨ ਜਿਹਨਾਂ ਦਾ ਥੋੜ੍ਹਾ ਥੋੜ੍ਹਾ ਆਪਣਾ ਰੂਪ ਮਾਤਰ ਸਾਂਝਾ ਕੀਤਾ। ਸੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਜਿਹੜਾ ਸ਼ਹੀਦੀ ਹੈ ਇਹ ਹਿੰਦੁਸਤਾਨ ਦੇ ਵਿੱਚ ਸਭ ਤੋਂ ਪਹਿਲਾਂ ਗੁਰੂ ਰੂਪ ਦੇ ਵਿੱਚ ਆਪ ਸ਼ਹੀਦ ਹੋਏ ਨੇ, ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪਹਿਲੇ ਸਿੱਖ ਸਨ ਜਿਹੜੇ ਭਾਈ ਤਾਰਾ ਜੀ, ਉਹ ਲਾਹੌਰ ਦੇ ਵਿੱਚ ਸ਼ਹੀਦੀ ਪਾ ਕੇ ਗਏ। ਜਦੋਂ ਬਾਬਰ ਨੇ ਲਾਹੌਰ ਨੂੰ ਆਗਾਂ ਲਾਈਆਂ ਨੇ ਨਾ, ਤਾਂ ਉਸ ਵੇਲੇ ਭਾਈ ਤਾਰਾ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਸੀ, ਹੁਕਮ ਮੰਨਦਾ ਹੋਇਆ ਬਾਅਦ ਵਿੱਚ ਚੱਕ ਕੇ ਅੱਗ ਚਲਾਉਂਦਾ ਫਿਰਦਾ ਸੀ ਤੇ ਨਾਲ ਵਾਲੇ ਘਰਦਿਆਂ ਨੂੰ ਪੁੱਛਿਆ ਵੀ ਇਹ ਤੂੰ ਕੀ ਕਰਨ ਲੱਗਿਆ। ਬਾਬਾ ਦਰਦਾ ਲਾਉਣ ਲੱਗਿਆ ਤੇ ਤੂੰ ਬੁਝਾਉਣ ਲੱਗਿਆ। ਕਹਿੰਦਾ ਮੇਰੇ ਗੁਰੂ ਨੇ ਹੁਕਮ ਦਿੱਤਾ ਜਿੱਥੇ ਅੱਗ ਲੱਗੀ ਹੋਵੇ ਅੱਗ ਲਾਉਣੀ ਨਹੀਂ, ਉੱਥੇ ਅੱਗ ਬੁਝਾਉਣੀ ਹੈ। ਕਹਿੰਦਾ ਵੀ ਤੇਰੀ ਇੱਕ ਬਾਲਟੀ ਨਾਲ ਅੱਗ ਕਿਵੇਂ ਬੁਝੂ, ਕੀ ਫਰਕ ਪਵੇਗਾ, ਹਜ਼ਾਰਾਂ ਘਰਾਂ ਨੂੰ ਅੱਗ ਲੱਗੀ ਹੈ। ਕਹਿੰਦਾ ਇਹ ਗੱਲ ਨਹੀਂ ਹੈ, ਅੱਗ ਬੁਝਦੀ ਹੈ ਜਾਂ ਨਹੀਂ ਬੁਝਦੀ ਇਹ ਉਹਨੂੰ ਪਤਾ, ਮੈਂ ਹੁਕਮ ਮੰਨਣਾ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ, ਮੈਂ ਤਾਂ ਹੁਕਮ ਮੰਨਣਾ ਅੱਗ ਬੁਝਣਾ, ਨਾ ਬੁਝਣ ਤੱਕ ਮੇਰਾ ਮਤਲਬ ਕੋਈ ਨਹੀਂ, ਮੈਂ ਆਪਣੇ ਗੁਰੂ ਦਾ ਹੁਕਮ ਬੁਝਾਉਣਾ। ਸੋ ਇਹਨੂੰ ਵੀ ਚੱਕ ਕੇ ਅੱਗ ਦੇ ਵਿੱਚ ਸੁੱਟ ਦਿੱਤਾ ਗਿਆ, ਇਹ ਵੀ ਅੱਗ ਦਾ ਹੀ ਰੂਪ ਬਣ ਗਿਆ। ਗੁਰੂ ਅਰਜਨ ਸਾਹਿਬ ਮਹਾਰਾਜ ਦੇ ਜੀਵਨ ਲਾਈ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਭਾਈ ਸਾਹਿਬ ਨੇ ਬਹੁਤ ਖੋਜ ਭਰਪੂਰ ਸਾਰਾ ਹੀ ਕੁਛ ਪ੍ਰਸਾਦ ਦਿੱਤਾ। ਸੋ ਮੈਂ ਕੋਸ਼ਿਸ਼ ਕਰਾਂਗਾ ਕਿ ਰਿਪੀਟ ਨਾ ਕਰਾਂ, ਜਿਹੜੀਆਂ ਜਿਹੜੀਆਂ ਗੱਲਾਂ ਉਹਨਾਂ ਤੋਂ ਰਹਿ ਗਈਆਂ ਉਹ ਮੈਂ ਹਿਸਾਬ ਨਾਲ ਸਾਂਝੀਆਂ ਕਰਾਂ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਗੋਇੰਦਵਾਲ ਸਾਹਿਬ ਦਾ ਪ੍ਰਕਾਸ਼ ਹੋਇਆ। ਗੋਇੰਦਵਾਲ ਦੇ ਵਿੱਚ ਤਕਰੀਬਨ 11 ਸਾਲ ਆਪ ਜੀ ਨੇ ਬਚਪਨ ਦੇ ਬਿਤਾਏ। ਵੱਡੇ ਭਰਾਤਾ ਪ੍ਰਿਥੀ ਚੰਦ ਜੀ ਉਦੋਂ ਛੋਟੇ, ਮਹਾਦੇਵ ਜੀ ਆਪ ਸਭ ਤੋਂ ਛੋਟੇ ਸਨ, ਮਾਤਾ ਭਾਨੀ ਜੀ ਆਪ ਦੇ ਮਾਤਾ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਏਡੇ ਵੱਡੇ ਦਾਤਾ ਸਨ, ਏਡੇ ਵੱਡੇ ਦਾਨੀ ਸਨ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਭ ਤੋਂ ਵੱਡੀ ਜਿਹੜੀ ਸਭ ਤੋਂ ਵੱਧ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਗੁਰੂ ਅਰਜਨ ਦੇਵ ਮਹਾਰਾਜ ਦੇ ਹਿੱਸੇ ਲਿਖਣ ਦੇ ਆਈ। ਸਭ ਤੋਂ ਵੱਧ ਬਾਣੀ ਗੁਰੂ ਅਰਜਨ ਸਾਹਿਬ ਜੀ ਨੇ ਲਿਖੀ। ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਸਾਹਿਬ ਆਪ ਜੀ ਨੇ ਵਾਸਾ ਰੱਖਿਆ ਹੈ ਤੇ ਗੋਇੰਦਵਾਲ ਸਾਹਿਬ ਦੇ ਵਿੱਚ 11 ਸਾਲ ਸਤਿਗੁਰਾਂ ਨੇ ਬਿਤਾਏ ਤੇ ਛੋਟੇ ਹੁੰਦਿਆਂ ਹੀ ਗੁਰੂ ਅਮਰਦਾਸ ਮਹਾਰਾਜ ਤੋਂ 3 ਵਾਰ ਪ੍ਰਾਪਤ ਹੋਏ ਸੀ ਆਪ। ਸੋ ਪਹਿਲੀ ਵਾਰ ਆਪ ਨੂੰ ਸਾਥੀ ਦਾ ਪਤਾ ਹੈ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਤੁਰ ਗਏ, ਰੋੜਨਾ ਸਿੱਖੇ ਹਨ ਤੇ ਤੁਰਨਾ ਸਿੱਖੇ ਹਨ ਤੇ ਜਾ ਕੇ ਜਿਹੜੇ ਮੰਜੇ ਦੇ ਉੱਤੇ ਸਤਿਗੁਰੂ ਜੀ ਪੜ੍ਹ ਤੇ ਵਿਰਾਜਮਾਨ ਸਨ ਉਹਦੇ ਪਾਵੇ ਨੂੰ ਫੜ ਕੇ ਬਾਹੀ ਫੜ ਕੇ ਖੜੇ ਹੋਣ ਲੱਗੇ ਤਾਂ ਮੰਜਾ ਮਿਲ ਗਿਆ ਤੇ ਸਤਿਗੁਰੂ ਆਪਣੇ ਆਨੰਦ ਦੇ ਵਿੱਚ ਮਗਨ ਸਨ। ਸਹਿਜ ਸੁਭਾਅ ਹੀ ਬਦਲ ਹੋਇਆ, ਕਿਹੜਾ ਪੁਰਖ ਪ੍ਰਗਟਿਆ ਭਾਰੀ ਜਿਨ ਮੰਜੀ ਹਿਲਾਈ ਸਾਡੀ ਸਾਰੀ, ਏਡਾ ਭਾਰਾ ਕਿਹੜਾ ਪੁਰਖ ਪ੍ਰਗਟ ਹੋਇਆ ਹੈ ਜਿਹਨੇ ਸਾਰੀ ਮੰਜੀ ਹਿਲਾ ਦਿੱਤੀ। ਮਾਤਾ ਭਾਨੀ ਨੱਠੇ ਆਏ ਤੇ ਉਹਨਾਂ ਨੇ ਆ ਕੇ ਕਿਹਾ ਵੀ ਗੁਰੂ ਪਿਤਾ ਜੇ ਤੋਂ ਗਲਤੀ ਹੋ ਗਈ, ਮੈਂ ਸਾਂਭ ਨਹੀਂ ਸਕੀ, ਮੈਂ ਕਿਉਂਕਿ ਚੁੱਲ੍ਹੇ ਦੇ ਕੰਮ ਦੇ ਵਿੱਚ ਮਗਨ ਸੀ, ਇਸ ਇਹ ਅਰਜਨ ਹੈ ਦੋਸ਼ਤਾ ਹੈ ਤੇ ਗੁਰੂ ਅਰਜਨ ਗੁਰੂ ਰਾਮ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਮਿਹਰ ਭਰੀ ਨਿਗਾਹ ਬੱਚੇ ਦੇ ਉੱਤੇ ਪਾਈ ਤੇ ਛੋਟਾ ਜਿਹਾ ਰੂਪ ਹੈ ਆਪ ਜੀ ਦਾ ਦੇਖ ਕੇ ਬਾਹੀ ਨੂੰ ਪੜ ਕੇ ਖੜੇ ਨੇ ਤੇ ਕਹਿਣ ਲੱਗੇ ਤੂੰ ਕਹਿੰਦੇ ਮੇਰੇ ਕੋਲੋਂ ਗੱਦੀ ਲਾਉਣ ਲੈ ਪਾਉਣ ਲੱਗੇ, ਇਹ ਤੈਨੂੰ ਮੈਥੋਂ ਰਿਵੜ ਨਹੀਂ, ਮੈਂ ਤੇਰੇ ਪਿਤਾ ਦਾ ਕਰਜ਼ਦਾਰ ਹਾਂ, ਇਹ ਤੈਨੂੰ ਉਹਨਾਂ ਕੋਲੋਂ ਮਿਲ। ਮਾਤਾ ਭਾਨੀ ਨੂੰ 2 ਵਾਰ ਸੁਣ ਕੇ ਬੜੀ ਖੁਸ਼ੀ ਹੋਈ, ਇੱਕ ਤਾਂ ਪੁੱਤਰ ਗੁਰੂ ਦਾ ਵਰ ਮਿਲ ਗਿਆ ਵੀ ਇਹ ਵੀ ਗੁਰੂ ਬਣੂੰਗਾ, ਇੱਕ ਪਤੀ ਹੈ ਜਿਹੜਾ ਉਹ ਵੀ ਸੇਵਾ ਕਰਦੇ ਸਨ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਦੇ ਵਿੱਚ, ਉਹਨਾਂ ਦਾ ਵੀ ਪਤਾ ਲੱਗ ਗਿਆ ਵੀ ਗੁਰੂ ਪਾਤਸ਼ਾਹ ਦੇ ਮੁੱਖ ਵਿੱਚੋਂ ਇਹ ਵੀ ਬਚਨ ਨਿਕਲਿਆ ਵੀ ਮੇਰਾ ਪਤੀ ਵੀ ਗੁਰੂ ਹੈ। ਇਸਤਰੀ ਹੈ ਜਿਹੜੀ ਧੀ ਹੈ ਜਦੋਂ ਏਡੀ ਖੁਸ਼ੀ ਹੋਵੇ ਇਹ ਤੋਂ ਬੜੀ ਖੁਸ਼ੀ ਦੁਨੀਆਂ ਦੇ ਵਿੱਚ ਕੋਈ ਨਹੀਂ। ਮਾਤਾ ਭਾਨੀ ਉਹ ਇਸਤਰੀ ਹੈ ਸੰਸਾਰ ਦੇ ਵਿੱਚ, ਇੰਨਾ ਮਾਣ ਸਾਧਕ ਸੰਸਾਰ ਦੇ ਵਿੱਚ ਕਿਸੇ ਇਸਤਰੀ ਨੂੰ ਨਹੀਂ ਮਿਲਿਆ ਅੱਜ ਤੱਕ, ਅੱਗੋਂ ਪਰਮੇਸ਼ਰ ਜਾਣੇ
ਕਈ ਆਪ ਜੀ ਗੁਰੂ ਅਰਜਨ ਦੇਵ ਮਹਾਰਾਜ ਦੇ ਮਾਤਾ ਗੁਰੂ ਹਰਗੋਬਿੰਦ ਮਹਾਰਾਜ ਆਪ ਦਾ ਜਿਹੜਾ ਸੀ ਪੋਤਰਾ ਹੋਇਆ ਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਆਪ ਦੇ ਗੁਰੂ ਪਤੀ ਤਿੰਨ ਗੁਰੂਆਂ ਦੇ ਨਾਲ ਆਪ ਜੀ ਦਾ ਸਿੱਧਾ ਸੰਬੰਧ ਇੰਨੀ ਸੇਵਾ ਗੁਰੂ ਅਮਰਦਾਸ ਮਹਾਰਾਜ ਦੀ ਕੀਤੀ ਤੇ ਫਿਰ ਜਦੋਂ ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਅਰਜਨ ਦੇਵ ਜੀ ਨੂੰ ਚੁੱਕਿਆ ਵਿਆਹ ਤੇ ਪਿਆ ਦੇਣਾ ਜਦੋਂ ਚੁੱਕਿਆ ਤਾਂ ਆਪਦਾ ਦੇਹ ਬੜੀ ਭਾਰੀ ਸੀ ਗੁਰੂ ਅਰਜਨ ਦੇਵ ਸਿਰਫ ਵਿਦਵਾਨ ਹੀ ਨਹੀਂ ਸਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਬੜੇ ਵੱਡੇ ਸਰਕਾਰੀ ਯੋਧੇ ਵੀ ਸਨ ਜਿਹੜੇ ਮੌ ਸਾਹਿਬ ਦੁਆਬੇ ਦੇ ਵਿੱਚ ਰਹਿਣ ਵਾਲੇ ਨੇ ਨਾ ਜਦੋਂ ਵਿਆਹੁਣ ਗਏ ਨੇ ਤਾਂ ਉੱਥੇ ਜਿਹੜਾ ਕੀਲਾ ਪੱਟਿਆ ਘੋੜੇ ਦੇ ਉੱਤੇ ਚੜ੍ਹ ਕੇ ਮੈਂ ਦੇਖਿਆ ਉਹ ਥਾਂ ਜਿੱਥੇ ਘੋੜਾ ਸ਼ਹੀਦ ਹੋਇਆ ਜਿਹੜੇ ਜਿਹਦੇ ਉੱਤੇ ਘੋੜੇ ਦੇ ਉੱਤੇ ਆਪ ਸਵਾਰ ਸਨ ਇਹਨੇ ਇੱਕ ਉਹ ਗੱਡਿਆ ਹੋਇਆ ਸੀ ਜੜ ਸੀ ਦਰਖਤ ਦੇ ਉੱਤੋਂ ਵੱਢ ਕੇ ਮੌ ਵਾਲਿਆਂ ਨੇ ਬਣਾ ਦਿੱਤੀ ਸੀ ਵੀ ਦੇਖਾਂ ਵੀ ਇਹ ਕੀਲਾ ਕੀਲ ਕਿਵੇਂ ਕੀਲਾ ਪੱਟੂ ਮਹਾਰਾਜ ਨੇ ਇੰਨੇ ਜ਼ੋਰ ਦੇ ਨਾਲ ਉਹ ਕੀਲਾ ਪੱਟਿਆ ਤੇ ਘੋੜੇ ਦਾ ਇੰਨਾ ਜ਼ੋਰ ਲੱਗਿਆ ਘੋੜਾ ਉੱਥੇ ਹੀ ਸ਼ਹੀਦ ਹੋ ਗਿਆ ਤੇ ਪਰ ਕੀਲਾ ਪੱਟ ਦਿੱਤਾ ਹਜ਼ੂਰ ਦੇ ਬੁਖਾਰ ਦੇ ਵਿੱਚੋਂ ਬਚਨ ਨਿਕਲਿਆ ਸੀ ਵੀ ਭਾਈ ਕੀਲੇ ਲਗਾਈ ਦੇ ਹੁੰਦੇ ਨੇ ਵਿੱਚ ਲਗਾਈ ਦੇ ਹੁੰਦੇ ਨੇ ਪਟਾਈ ਦੇ ਨਹੀਂ ਹੁੰਦੇ ਕੋਈ ਜੜ੍ਹਾਂ ਪਟਾ ਲਈਆਂ ਨੇ ਉਹ ਪਿੰਡ ਉੱਜੜ ਕੇ ਫਿਰ ਵਸੇ ਉਸ ਪਿੰਡ ਦੇ ਲੋਕਾਂ ਨੂੰ ਜਿਹੜੇ ਲੋਕ ਸਨ ਉਹ ਆਲੇ ਦੁਆਲੇ ਛੱਡੇ ਸੁਣਦੇ ਪਿੰਡੇ ਸਨ ਪਰ ਮਾਤਾ ਗੰਗਾ ਜੀ ਨੇ ਅਰਦਾਸ ਕੀਤੀ ਵੀ ਮੈਂ ਤੁਹਾਡੇ ਘਰ ਜਾ ਕੇ ਨਿਵਾਸ ਕਰਨ ਤੁਹਾਡੇ ਚਰਨਾਂ ਦੀ ਦਾਸੀ ਹੈ ਮੈਂ ਸੇਵਾ ਕਰਨੀ ਹੈ ਇਹ ਸਾਰੇ ਮੇਰੇ ਪਿੰਡ ਦੇ ਨੇ ਵੀ ਸਾਡੇ ਉੱਤੇ ਤਰਸ ਕਰੋ ਫਿਰ ਦੁਬਾਰਾ ਪਿੰਡੋਂ ਵਸੇ ਸੋ ਸਤਿਗੁਰੂ ਜੀ ਨੂੰ ਇਹ ਵਰ ਪ੍ਰਾਪਤ ਹੋਇਆ ਕਿ ਇਹ ਭਾਰੀ ਗੁਰੂ ਜੀ ਚੱਕਿਆ ਗੁਰੂ ਅਰਜਨ ਦੇਵ ਸਾਹਿਬ ਨੂੰ ਤਾਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਕਿ ਇਹ ਭਾਰੀ ਗੁਰੂ ਹੋਵੇਗਾ ਡੋਲੇਗਾ ਨਹੀਂ ਬੜੇ ਬੜੇ ਤੂਫਾਨ ਆਉਣਗੇ ਬੜੇ ਬੜੇ ਕਸ਼ਟ ਆਉਣਗੇ ਇਹ ਡੋਲਣ ਵਾਲਾ ਨਹੀਂ ਤੇ ਫਿਰ ਤੀਜਾ ਵਰ ਦੇ ਦਿੱਤਾ ਉਸੇ ਵਕਤ ਜਦੋਂ ਗੁਰਜੀ ਭਾਨੀ ਜੀ ਨੇ ਕਿਹਾ ਵੀ ਇਹ ਦੋਹੇ ਥਾ ਤਾਂ ਸਤਿਗੁਰੂ ਅਮਰਦਾਸ ਮਹਾਰਾਜ ਦੇ ਮੁਖਾਰਬਿੰਦ ਵਿੱਚੋਂ ਵਚਨ ਉਚਾਰਨ ਹੋ ਗਿਆ ਦੋਹੇ ਥਾ ਬਾਣੀ ਕਾ ਬੋਹੇਗਾ ਇਹ ਬਾਣੀ ਦਾ ਬੋਹੇਗਾ ਹੋਵੇਗਾ ਜਗ ਨੂੰ ਇੰਨੀ ਬਾਣੀ ਦਾ ਦਾਨ ਦੇ ਕੇ ਜਾਵੇਗਾ ਕਿ ਜਗ ਨੂੰ ਸਾਰੀ ਦੁਨੀਆਂ ਨੂੰ ਰੋਸ਼ਨ ਕਰ ਜਾਵੇਗਾ ਅੱਜ ਤੁਸੀਂ ਬਾਣੀ ਪੜ੍ਹਦੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਹਰੇਕ ਮਨੁੱਖ ਹੈ ਜਿਹੜਾ ਸੁਖਮਨੀ ਸਾਹਿਬ ਆਪ ਜੀ ਦੀ ਬਾਣੀ ਸਾਰੀ ਧਰਤੀ ਦੇ ਉੱਤੇ ਲੋਕ ਕੀ ਮੁਸਲਮਾਨ ਕੀ ਹਿੰਦੂ ਕੀ ਅੰਗਰੇਜ਼ ਸਭ ਉਸ ਬਾਣੀ ਨੂੰ ਪਿਆਰ ਨਾਲ ਪੜ੍ਹਦੇ ਇੱਥੋਂ ਤੱਕ ਦੁਨੀਆਂ ਕਹਿਣ ਲੱਗੀ ਹੈ ਵੀ ਸੁਖਮਨੀ ਸਾਹਿਬ ਹਰ ਸਕੂਲ ਦੇ ਵਿੱਚ ਹਰ ਯੂਨੀਵਰਸਿਟੀ ਦੇ ਵਿੱਚ ਸਿਲੇਬਸ ਹੋਣਾ ਚਾਹੀਦਾ ਹੈ ਦੁਨੀਆਂ ਦੀ ਸ਼ਾਂਤੀ ਦੇ ਲਈ ਦੁਨੀਆਂ ਨੂੰ ਸੁੱਖ ਦੇਣ ਦੇ ਲਈ ਅਤੇ ਜਿਹੜਾ ਇਹ ਵਚਨ ਹੈ ਜਿਹੜੀ ਦੁਨੀਆਂ ਅੱਜ ਕੱਲ੍ਹ ਖੁਦਕੁਸ਼ੀਆਂ ਕਰ ਰਹੀ ਹੈ ਜਿਹੜਾ ਸੰਸਾਰ ਅਸ਼ਾਂਤ ਹੈ ਅੱਜ ਇਹ ਬਾਣੀ ਦਾਨ ਦੇ ਲਈ ਜਿਹਦੇ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਆਪ ਲਿਖਿਆ ਹੈ ਨਾਮ ਨਾ ਜਪੈ ਤੇ ਆਤਮ ਘਾਟੀ ਜਗ ਵਸਾਈ ਆਤਮ ਘਾਟੀ ਹੈ ਜਗ ਵਸਾਈ ਜਿਹੜਾ ਨਾਮ ਨਹੀਂ ਜਪਦਾ ਉਹ ਆਤਮ ਹੱਤਿਆ ਕਰੇਗਾ ਆਤਮ ਹੱਤਿਆ ਕਰਨ ਵਾਲਾ ਉਹਦਾ ਔਰਾ ਐਸਾ ਹੋਵੇਗਾ ਉਹਦਾ ਮੂੰਹ ਐਸਾ ਹੋਵੇਗਾ ਉਹਦੇ ਦਰਸ਼ਨ ਐਸੇ ਹੋਣਗੇ ਉਹ ਦੁਨੀਆਂ ਨੂੰ ਆਤਮ ਹੱਤਿਆ ਕਰਨ ਦੇ ਲਈ ਪ੍ਰੇਰਦੇ ਇਸ ਕਰਕੇ ਇਹ ਦਾਨ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਬੋਹਿਥਾ ਬਾਣੀ ਕਾ ਬੋਹਿਥਾ ਇਹ ਤਿੰਨ ਵਾਰ ਪ੍ਰਾਪਤ ਹੋਏ ਸੋ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ 11 ਸਾਲ ਕੱਟਣ ਤੋਂ ਬਾਅਦ ਫਿਰ ਗੁਰੂ ਰਾਮਦਾਸ ਮਹਾਰਾਜ ਨੇ ਜਦੋਂ ਗੁਰੂ ਘਰ ਜਗ ਵਸਾਇਆ ਤਾਂ ਆਪ ਅੰਮ੍ਰਿਤਸਰ ਆ ਕੇ ਆਪ ਜੀ ਨੇ ਵਾਸਾ ਕਰਨਾ ਸ਼ੁਰੂ ਕਰ ਦਿੱਤਾ ਸੋ ਉੱਥੇ ਹੁਕਮ ਦੀ ਖੇਡ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਪਿਤਾ ਦੇ ਹੁਕਮ ਦੇ ਵਿੱਚ ਰਹਿ ਕੇ ਇਹ ਸਾਰੀਆਂ ਗੱਲਾਂ ਹਨ ਜਿਹੜੀਆਂ ਸਾਰਾ ਕੁਝ ਉੱਥੇ ਇਹ ਕਰਨਾ ਸ਼ੁਰੂ ਕਰ ਦਿੱਤਾ ਅਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤੋਂ ਵਿਦਿਆ ਦਾ ਦਾਨ ਪ੍ਰਾਪਤ ਹੋਇਆ ਵੱਡੇ ਵੱਡੇ ਦਾਨ ਪ੍ਰਾਪਤ ਹੋਏ ਪਰ ਉਸ ਸਮੇਂ ਜਦੋਂ ਆਪਾਂ ਦੇਖਦੇ ਹਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਕਾਰਨ ਦੇਖਦੇ ਹਾਂ ਤਾਂ ਆਪਾਂ ਮੁੱਖ ਕਾਰਨ ਛੋਟੇ ਛੋਟੇ ਕਾਰਨ ਹਨ ਜਿਹੜੇ ਉਹ ਛੋਟੇ ਹਨ ਪਰ ਵੱਡਾ ਕਾਰਨ ਹੈ ਉਹ ਹਕੂਮਤ ਹੈ ਛੋਟਾ ਕਾਰਨ ਹੈ ਜਿਹੜਾ ਇਹ ਵੱਡੇ ਕਾਰਨ ਦੇ ਸਹਾਇਕ ਬਣੇ ਹਨ ਪਰ ਮੁੱਖ ਰੂਪ ਦੇ ਵਿੱਚ ਕਾਰਨ ਨਹੀਂ ਹੈ ਵੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤਾਂ ਜਿਹੜਾ ਸਾਹਿਬਜ਼ਾਦਾ ਬਾਬਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਇਹਨਾਂ ਦਾ ਰਿਸ਼ਤਾ ਚੰਦੂ ਦੇ ਨਾਲ ਚੰਦੂ ਦੀ ਲੜਕੀ ਹੈ ਜਿਹੜੀ ਸਦਾ ਕੌਰ ਨਾਲ ਉਹਦੇ ਨਾਲ ਹੋਇਆ ਤੇ ਸੰਗਤ ਨੇ ਦਿੱਲੀ ਜੀ ਨੇ ਇਹ ਗੱਲ ਗੁਰੂ ਅਰਜਨ ਦੇਵ ਮਹਾਰਾਜ ਨੂੰ ਚਿੱਠੀ ਦੇ ਵਿੱਚ ਲਿਖ ਦਿੱਤੀ ਕਿ ਇਹਨੇ ਕਿਹਾ ਵੀ ਜਵਾਰੇ ਦੀ ਇੱਟ ਹੈ ਜਿਹੜੀ ਉਹ ਮੋਰੀ ਨੂੰ ਲਾ ਦਿੱਤੀ ਕਿੱਥੇ ਫਕੀਰਾਂ ਦੇ ਨਾਲ ਮੇਰੀ ਧੀ ਦਾ ਰਿਸ਼ਤਾ ਕਰ
ਬਹੁਤ ਵੱਡਾ ਨੁਕਤਾ ਹੈ ਸਾਡੇ ਸਿੱਖ ਜਾਗਤ ਦੇ ਵਿੱਚ ਕਿ ਗੁਰੂ ਕਿੱਡਾ ਵੱਡਾ ਰਿਸਕ ਲੈਂਦਾ ਹੈ। ਦੀਵਾਨ ਲੱਗਿਆ ਹੋਇਆ ਭਰੇ ਦੀਵਾਨ ਦੇ ਵਿੱਚ ਰਿਸ਼ਤੇਦਾਰ ਆਏ ਨੇ, ਸਾਰੀ ਸਗਨ ਦੀ ਰਸਮ ਹੈ ਜਿਹੜੀ ਉਹਦੀ ਤਿਆਰੀ ਹੋ ਰਹੀ ਹੈ, ਪਰ ਸਿੱਖ ਨੇ ਆ ਕੇ ਚਿੱਠੀ ਦੇ ਦਿੱਤੀ। ਦਿੱਲੀ ਦੀ ਸੰਗਤ ਨੇ ਚਿੱਠੀ ਦਿੱਤੀ, ਗੁਰੂ ਅਰਜਨ ਮਹਾਰਾਜ ਨੇ ਨੇੜੇ ਨੇੜੇ ਤੋਂ ਪੜ੍ਹਾਈ। ਜਦੋਂ ਚਿੱਠੀ ਪੜ੍ਹੀ ਤਾਂ ਕਿਹਾ ਵੀ ਮਹਾਰਾਜ ਆ ਕਿਹਾ, ਚੰਦੂ ਨੇ ਇਹ ਕਹੀ ਹੈ ਗੱਲ, ਅਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਉਸੇ ਵੇਲੇ ਜਵਾਬ ਦਿੱਤਾ ਕਿ ਸੰਗਤ ਹੈ ਮੇਰੇ ਖਾਤਰ ਸਭ ਤੋਂ ਉੱਚੀ। ਸੰਗਤ ਦੀ ਗੱਲ ਮੈਂ ਮੋੜ ਨਹੀਂ ਸਕਦਾ, ਸਿੱਖਾਂ ਦੀ ਗੱਲ ਮੈਂ ਮੋੜ ਨਹੀਂ ਸਕਦਾ। ਸੋ ਸਾਧ ਸੰਗਤ, ਆਪਾਂ ਸਿੱਖ ਕੈਸੇ ਹਾਂ ਜਿਹੜੇ ਗੁਰੂ ਦੀ ਗੱਲ ਸੁਣਦੇ ਹੀ। ਗੁਰੂ ਐਸਾ ਹੈ ਜਿਹਨੇ ਆਪਣੇ ਉੱਤੇ ਕਸ਼ਟ ਲੈ ਲਏ, ਆਪਣੇ ਪੁੱਤਰ ਦੇ ਉੱਤੇ ਕਸ਼ਟ ਲੈ ਲਏ, ਅਤੇ ਸਭ ਕੁਛ ਆਪਣੇ ਉੱਤੇ ਸਰੀਰ ਦੇ ਉੱਤੇ ਸਹਾਰ ਕੇ ਸਿੱਖਾਂ ਦੀ ਗੱਲ ਮੋੜੀ ਨਹੀਂ ਹੈ। ਸਿੱਖਾਂ ਨੂੰ ਉਸਤਮਤਾ ਬਖਸ਼ੀ ਸਤਿਗੁਰੂ ਜੀ ਨੇ, ਵਡਿਆਈ ਬਖਸ਼ੀ ਸਿੱਖੀ ਨੂੰ, ਰਿਸ਼ਤਾ ਟੁਕੜਾ ਦਿੱਤਾ। ਕਿੰਨੇ ਕਸ਼ਟ ਆਏ ਨੇ, ਇੱਕ ਕਾਰਨ ਇਹ ਬਣਿਆ। ਸੋ ਚੰਦੂ ਦਾ ਬਣ ਗਿਆ ਕਾਰਨ, ਅਤੇ ਦੂਜੀ ਜਿਹੜਾ ਨਕਸ਼ਬੰਦੀ ਇਸਲਾਮ ਦੇ ਵਿੱਚ ਸਿਲਸਿਲੇ ਨੇ, ਸਿਲਸਿਲੇ ਕਹਿੰਦੇ ਸਕੂਲ ਆਫ ਥਾਟ, ਬਾਬਾ ਫਰੀਦ ਜੀ ਵਰਗੇ ਮਹਾਂਪੁਰਖ ਨੇ ਜਿਹੜੇ, ਇਹ ਚਿਸ਼ਤੀ ਸਿਲਸਿਲਾ, ਇਹ ਹਿੰਦੂਆਂ ਦੇ ਵਿੱਚੋਂ ਵੀ ਚੰਗੀਆਂ ਗੱਲਾਂ ਲੈ ਲੈਂਦੇ ਨੇ, ਮੁਸਲਮਾਨਾਂ ਦੇ ਵਿੱਚੋਂ ਵੀ ਚੰਗੀਆਂ ਗੱਲਾਂ ਲੈ ਲੈਂਦੇ ਨੇ, ਅਤੇ ਰੱਬ ਦੇ ਨਾਲ ਰਹਿੰਦੇ ਆਪਣੇ ਧਰਮ ਦੇ ਵਿੱਚ ਹੀ ਹਨ, ਪਰ ਇਹ ਸਖਤਾਈ ਨਹੀਂ ਵਰਤਦੇ ਜਿਹੜੀ ਰਹਿਤ ਦੀ ਹੈ, ਮੁਸਲਮਾਨੀ ਰਹਿਤ ਦੀ, ਸ਼ਰੀਅਤ ਦੀ ਸਖਤਾਈ ਨਹੀਂ ਵਰਤਦੇ, ਇਹ ਪਿਆਰ ਭਰਿਆ ਉਪਦੇਸ਼ ਹੁੰਦੇ। ਸੋ ਜਿਹੜਾ ਇਤਿਹਾਸ ਹੈ, ਤੁਸੀਂ ਇਤਿਹਾਸ ਪੜ੍ਹ ਕੇ ਦੇਖੋ, ਔਰੰਗਜ਼ੇਬ ਅਤੇ ਬਾਬਾ ਫਰੀਦ ਸਾਹਿਬ, ਔਰੰਗਜ਼ੇਬ ਨੇ ਤਲਵਾਰ ਚੱਕੀ, ਸਾਰੀ ਦੁਨੀਆ ਤਰਾਹ ਤਰਾਹ ਕਰ ਦਿੱਤੀ, ਉਹਨੇ ਕੋਈ ਫਕੀਰ ਨਹੀਂ ਛੱਡਿਆ, ਗੁਰੂ ਨਹੀਂ ਛੱਡਿਆ, ਸਾਧ ਨਹੀਂ ਛੱਡਿਆ, ਸੰਸਥਾਵਾਂ ਨਹੀਂ ਛੱਡਿਆ, ਮੰਦਰ ਨਹੀਂ ਛੱਡੇ, ਸਭ ਨੂੰ ਢਾਉਂਦਾ ਹੀ ਗਿਆ। ਪਰ ਇਸਲਾਮ ਦਾ ਓਨਾ ਪ੍ਰਚਾਰ ਔਰੰਗਜ਼ੇਬ ਨਹੀਂ ਕਰ ਸਕਿਆ ਜਿੰਨਾ ਬਾਬਾ ਫਰੀਦ ਸਾਹਿਬ ਜੀ ਨੇ ਕੀਤਾ। ਬਾਬਾ ਫਰੀਦ ਜੀ ਨੇ ਇੰਨਾ ਪ੍ਰਚਾਰ ਕੀਤਾ ਹੈ ਅਤੇ ਬਾਬਾ ਫਰੀਦ ਜੀ ਨੂੰ ਸ਼ਕਰਗੰਜ ਕਹਿੰਦੀ ਹੈ ਦੁਨੀਆ। ਸ਼ਕਰਗੰਜ ਤੋਂ ਭਾਵ ਹੈ ਸ਼ਕਰ ਦਾ ਵੱਡਾ ਟਿੱਬਾ, ਵੱਡਾ ਪਹਾੜ ਸ਼ਕਰ ਦਾ। ਇੰਨੀ ਮਿੱਠੀ ਜਵਾਨ ਬਾਬਾ ਫਰੀਦ ਜੀ। ਸੋ ਉਹ ਚਿਸ਼ਤੀ ਸਿਲਸਿਲੇ ਦੇ ਵਿੱਚੋਂ ਸਨ। ਜਿਹੜਾ ਸਿਲਸਿਲਾ ਨਫ਼ਰਤ ਕਰਦਾ ਸੀ ਉਹ ਸੀ ਨਕਸ਼ਬੰਦੀ ਸਿਲਸਿਲਾ, ਨਕਸ਼ਬੰਦੀ ਨਕਸ਼ਬੰਦੀ ਸਿਲਸਿਲੇ ਦੇ ਵਿੱਚੋਂ ਸ਼ੇਖ ਅਹਿਮਦ ਸਰਹੰਦੀ ਸਰਹੰਦ ਦਾ ਸੀ, ਜਿਹੜਾ ਮੁਰਤਜ਼ਾ ਖਾਨ ਦੱਸਿਆ ਭਾਈ ਸਾਹਿਬ ਜੀ ਨੇ, ਅਤੇ ਉਹ ਵੀ ਚੇਲਾ ਸੀ। ਅਤੇ ਜਿਹੜਾ ਜਹਾਂਗੀਰ ਸੀ ਸਲੀਮ, ਇਹ ਲੱਟ ਕੇ ਬੰਗਾਲ ਜਾਵੜਿਆ ਆਪਣੇ ਪਿਓ ਨਾਲ ਲੜ। ਅਕਬਰ ਸੀ ਜਿਹੜਾ, ਅਕਬਰ ਨੇ ਦੇਖਿਆ ਵੀ ਇਹ ਹੱਥੇ ਨਹੀਂ ਲੱਗਦਾ, ਉਹਨੇ ਕਿਹਾ ਵੀ ਗੱਦੀ ਹੈ ਜਿਹੜੀ ਮੈਂ ਰਾਜ ਗੱਦੀ ਰਾਜ ਉਹ ਖੁਸਰੋ ਨੂੰ ਦੇ ਦਿੱਤਾ। ਤੋ ਜਦੋਂ ਇਹ ਦੇਖਿਆ ਵੀ ਮੇਰਾ ਤਾਂ ਕੰਮ ਮਿਲ ਗਿਆ, ਵੀ ਪਿਓ ਆਖਰ ਨੇ ਮੈਨੂੰ ਗੱਦੀ ਨਹੀਂ ਦੇਣੀ, ਕਿ ਉਹ ਆਜ਼ਾਦ ਸੀ ਇਹ ਮਹਾਰਾਜਾ ਕਰਦਾ ਕਿਹੜਾ ਨਹੀਂ ਪਾਉਂਦਾ, ਕਿਉਂਕਿ ਅਕਬਰ ਬੜਾ ਅੱਧੇ ਦਿਮਾਗ ਵਾਲਾ ਬਾਦਸ਼ਾਹ ਸੀ, ਉਹਨੇ ਸਾਰੇ ਧਰਮਾਂ ਨੂੰ ਪਿਆਰ ਕੀਤਾ, ਪਰ ਇਹ ਪੁੱਠੀ ਮੱਤ ਵਾਲਾ ਕਿਧਰੋਂ ਜੰਮ ਗਿਆ। ਸੋ ਇਹ ਅਹਿਮਦ ਸਰਹੰਦੀ ਸੀ, ਸ਼ੇਖ ਅਹਿਮਦ ਸਰਹੰਦੀ, ਉਹਦੇ ਜਾ ਕੇ ਚਰਨਾਂ ਦੇ ਰਿਪਰ ਨੂੰ ਮੈਨੂੰ ਜਾ ਕੇ ਪਿਓ ਤੋਂ ਪ੍ਰਾਪਤ ਹੁੰਦਾ, ਕਹਿੰਦਾ ਵੀ ਤੂੰ ਕੀ ਕਰੇਗਾ, ਸਲਾਮ ਖਾਤਰ ਕੀ ਕਰੇਗਾ, ਕਹਿੰਦਾ ਸਲਾਮ ਖਾਤਰ ਜੋ ਤੁਸੀਂ ਕਹੋਗੇ ਮੈਂ ਸੇਵਾ ਕਰੂੰਗੀ, ਮੈਂ ਬਾਤ ਕਰਾਂਗਾ। ਉੱਥੇ ਫਿਰ ਇਹਨਾਂ ਦੋਵਾਂ ਦੀ ਗੱਲਬਾਤ ਹੁੰਦੀ, ਕਹਿੰਦੇ ਮੇਰੇ ਜੱਤੇ ਜੱਗ ਲੱਗੀ ਵੀ ਇਹ ਚਾਰ ਪੀੜ੍ਹੀਆਂ ਹੋ ਗਈਆਂ ਇਹਨਾਂ ਦੀਆਂ, ਚਾਰ ਪੀੜ੍ਹੀਆਂ ਨੇ ਜਿਹੜੀਆਂ ਇਹ ਰਾਜ ਕਰ ਰਹੀਆਂ ਨੇ, ਧਰਮ ਦਾ ਪ੍ਰਚਾਰ ਕਰ ਰਹੀਆਂ, ਮੁਸਲਮਾਨ ਵੀ ਕਮਲੇ ਹੋ ਕੇ ਇਹਨਾਂ ਦੇ ਪਿੱਛੇ ਲੱਗ ਗਏ। ਮੈਂ ਚਾਹੁੰਦਾ ਵੀ ਇਹ ਪੀੜ੍ਹੀਆਂ ਖਤਮ ਹੋ ਜਾਣ, ਇਹ ਪ੍ਰਚਾਰ ਸਿੱਖੀ ਦਾ ਖਤਮ ਹੋ ਜਾਵੇ, ਇਹ ਕਰੇਗਾ ਖਤਮ, ਕਹਿੰਦਾ ਮੈਂ ਵਾਅਦਾ ਕਰਦਾ। ਸੋ ਉੱਥੇ ਇਹਨਾਂ ਦਾ ਇਹ ਗੁਪਤ ਵਾਅਦਾ ਹੋਇਆ, ਕਹਿੰਦਾ ਹੁਣ ਤੂੰ ਇਉਂ ਕਰ ਦੇ, ਮੈਂ ਬਾਕੀ ਕੰਮ ਮੈਂ ਦੇਖ ਲਉ, ਤੂੰ ਇਉਂ ਕਰ, ਤੂੰ ਚੁੱਪ ਕਰਕੇ ਮੇਲ ਮਿਲਾਪ ਉੱਪਰੋਂ ਰੱਖ, ਅਤੇ ਪਿਓ ਤੋਂ ਮਾਫ਼ੀ ਮੰਗ ਲਾ। ਅਕਬਰ ਤੋਂ ਸਲੀਮ ਨੇ ਮਾਫ਼ੀ ਮੰਗ ਲਈ ਅਤੇ ਅਕਬਰ ਨੇ ਇਹਨੂੰ ਰਾਜ ਦੇ ਦਿੱਤਾ, ਇਹ ਆਪਣਾ ਨਾਮ ਬਦਲ ਕੇ ਜਹਾਂਗੀਰ ਬਣ ਕੇ ਬਾਦਸ਼ਾਹ ਬਣਿਆ। ਸੋ ਖੁਸਰੋ ਨੇ ਜਦ ਬਗਾਵਤ ਕੀਤੀ ਹੈ, ਖੁਸਰੋ ਡੱਟ ਕੇ ਪੰਜਾਬ ਵੱਲ ਆਇਆ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ, ਡਾਕਟਰ ਭਾਈ ਵੀਰ ਸਿੰਘ, ਉਹਨਾਂ ਦੀ ਖੋਜ ਹੈ ਜਿਹੜੀ ਇਹ ਦੱਸਦੀ ਹੈ ਕਿ ਖੁਸਰੋ ਹੈ ਜਿਹੜਾ ਉਹ ਗੁਰੂ ਅਰਜਨ ਸਾਹਿਬ ਨੂੰ ਮਿਲਿਆ ਜੀ। ਜਿਹੜੇ ਬਾਕੀ ਨੇ, ਬਾਕੀ ਇਤਿਹਾਸਕਾਰ ਨੇ ਜਿਹੜੇ, ਉਹ ਸੁਣੀਆਂ ਸੁਣਾਈਆਂ ਗੱਲਾਂ ਹਨ, ਕੋਈ ਇੱਧਰੋਂ ਲਿਖ ਦਿੰਦਾ, ਕੋਈ ਇੱਧਰੋਂ ਲਿਖ ਦਿੰਦਾ ਹੈ। ਸੋ ਉਹ
ਇਹ ਕਹਿੰਦੇ ਨੇ ਮਿੱਟੀ ਪਾ ਦਿੱਤਾ ਹੈ ਗੁਰੂ ਅਰਜਨ ਦੇਵ ਮਹਾਰਾਜ ਨੇ ਤਿਲਕ ਦਿੱਤਾ ਹੈ ਉਹ ਇੱਕੋ ਝੂਠ ਫਰਕ ਹੋ ਜਾਂਦਾ ਵੀ ਤਿਲਕ ਹੈ ਜਿਹੜਾ ਉਹ ਗੁਰਿਆਈ ਦਾ ਬਾਬਾ ਬੁੱਢਾ ਸਾਹਿਬ ਗੁਰੂ ਸਾਹਿਬਾਨ ਨੂੰ ਕੇਵਲ ਦਿੰਦੇ ਸਨ ਕਿਤੇ ਬਾਦਸ਼ਾਹ ਤਿਲਕ ਨਹੀਂ ਸੀ ਦਿੱਤਾ ਜਾਂਦਾ ਤੋ ਦੂਜੀ ਗੱਲ ਜਦੋਂ ਉਧਰੋਂ ਨੱਟ ਕੇ ਦਿੱਲੀ ਤੋਂ ਨੱਟ ਕੇ ਲਾਹੌਰ ਵਾਲੇ ਪਾਸੇ ਨੂੰ ਗਿਆ ਹੈ ਤਾਂ ਸਾਰੀ ਜਿਹੜੀ ਸਜ਼ਾ ਹੈ ਜਿੰਨੇ ਬੰਦੇ ਹਨ ਸਾਰੇ ਫੜ ਫੜ ਕੇ ਉਹਨੂੰ ਸਜ਼ਾ 9 ਮਈ ਤੱਕ ਦੇ ਦਿੱਤੀ ਗਈ 16 ਦਿਨਾਂ ਦੇ ਅੰਦਰ ਤੇ 13-14 ਦਿਨਾਂ ਤੋਂ ਬਾਅਦ ਇੱਕਦਮ ਜਿਹੜੀ ਚੌਪੜੀ ਸੀ ਇਹਨਾਂ ਦੀ ਚੰਦੂ ਦੀ ਨਕਸ਼ਬੰਦੀਆਂ ਦੀ ਇਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਫੈਸਲਾ ਕਰ ਲਿਆ ਵੀ ਹੁਣ ਮੌਕਾ ਹੈ ਹੁਣ ਗੁਰੂ ਅਰਜਨ ਮਹਾਰਾਜ ਦੇ ਦੋਸ਼ ਦਾ ਸੋ ਇੱਕ ਨੰਦ ਚੰਦ ਬਟਾਲੇ ਦਾ ਉਹਨੇ ਲਿਖੀ ਹੈ ਗੱਲ ਵੀ ਜਾਣਾ ਵੀਰ ਲਾਹੌਰ ਵਾਲੇ ਪਾਸੇ ਗਿਆ ਉਹ ਘੋੜੇ ਤੋਂ ਡਿੱਗ ਪਿਆ ਤੇ ਘੋੜੇ ਤੋਂ ਜਦੋਂ ਡਿੱਗਿਆ ਤਾਂ ਉਹਨੇ ਉਸ ਵੇਲੇ ਪੰਡਿਤ ਸੱਦ ਲਏ ਪੰਡਿਤਾਂ ਨੂੰ ਕਿਹਾ ਵੀ ਮੈਂ ਘੋੜੇ ਤੋਂ ਕਿਉਂ ਡਿੱਗਿਆ ਸੱਟ ਮੇਰੇ ਲੱਗੇ ਕੀ ਕਾਰਨ ਹੈ ਉਹ ਕਹਿੰਦੇ ਵੀ ਤੇਰੀ ਪੱਤਰੀ ਅਸੀਂ ਦੇਖਦੇ ਜਦੋਂ ਪੱਤਰੀ ਦੇਖਣ ਲੱਗੇ ਕਹਿੰਦੇ ਤੇਰੀ ਪੱਤਰੀ ਗੁਆਚ ਦੇਖੋ ਗੱਲਾਂ ਕਿਵੇਂ ਕਮਲੀਆਂ ਬਣਾਈਆਂ ਪੱਤਰੀ ਗੁਆਚ ਵੀ ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਚੋਰਾਂ ਡਾਕੂ ਰਹਿੰਦੇ ਨੇ ਉਹਨਾਂ ਚੋਰਾਂ ਨੇ ਪੱਤਰੀ ਚਲਾਈ ਹੈ ਚੁਰਾਈ ਹੈ ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਤੇ ਦੋਸ਼ ਲੱਗਦਾ ਉਹਨਾਂ ਨੂੰ ਫੜਿਆ ਜਾ ਦੋਸ਼ ਲਾਉਣੇ ਵਾਲੇ ਵੀ ਕਮਲੇ ਈਰਖਾ ਦੇ ਭਰੇ ਹੋਏ ਤੇ ਜਿਹੜਾ ਬਾਦਸ਼ਾਹ ਮੰਨਣ ਵਾਲਾ ਉਹਦਾ ਦਿਮਾਗ ਕਿਹੋ ਜਿਹਾ ਦੇਖੋ ਵੀ ਉਹਨੇ ਹੁਕਮ ਦੇ ਦਿੱਤਾ ਗੁਰੂ ਅਰਜਨ ਦੇਵ ਮਹਾਰਾਜ ਨੂੰ ਫੜ ਲਿਆ ਜਾ ਕਿੱਡਾ ਝੂਠਾ ਕਿੱਡਾ ਫੋਕਾ ਜਿਹਾ ਦੋਸ਼ ਲੱਗਦਾ ਹੈ ਇਹਨੇ ਸੋ ਇਹ ਵੀ ਦੋਸ਼ ਲੱਗਿਆ ਤੇ ਇਤਿਹਾਸ ਤਾਂ ਇਹ ਵੀ ਕਹਿੰਦਾ ਗ੍ਰਿਫਤਾਰ ਨਹੀਂ ਸੀ ਕੀਤੇ ਜਿਹੜਾ ਇਤਿਹਾਸ ਇਹ ਕਹਿੰਦਾ ਵੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਲਾਹੌਰ ਗਏ ਨੇ ਲਾਹੌਰ ਭਾਈ ਸਿੱਧੂ ਸਿੱਖ ਸੀ ਜਿਹਦਾ ਜਿਹੜਾ ਆਵਾ ਪੱਠਾ ਲਾਉਂਦਾ ਸੀ ਢੱਪ ਆਉਂਦਾ ਸੀ ਜਿਹੜਾ ਤੇ ਬੜਾ ਪਿਆਰਾ ਸਿੱਖ ਸੀ ਉਹ ਯਾਦ ਕਰ ਰਿਹਾ ਸੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੇ ਸਤਿਗੁਰੂ ਜੀ ਉਹਦੇ ਘਰ ਦੇ ਵਿੱਚ ਉੱਥੇ ਉਹਦੇ ਘਰ ਦੇ ਵਿੱਚ ਗਏ ਹਨ ਤੇ ਨਾਲ ਪੰਜ ਸਿੱਖਾਂ ਪੰਚਾਇਤ ਪੰਜਾਂ ਸਿੱਖਾਂ ਦੇ ਜਿਹਨਾਂ ਵਿੱਚ ਬਾਬਾ ਬਿਧੀ ਚੰਦ ਜੀ ਭਾਈ ਜੇਠਾ ਭਾਈ ਪੁਰਾਣਾ ਭਾਈ ਲੰਗਾ ਇਹ ਪੰਜ ਸਿੱਖ ਸਨ ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਗਏ ਤੁਸੀਂ ਬਾਅਦ ਦੀਆਂ ਗੱਲਾਂ ਦੇਖੋ ਬਾਬਾ ਬਿਧੀ ਚੰਦ ਜੀ ਭਾਈ ਪੁਰਾਣਾ ਇਹ ਇੰਨੀਆਂ ਜਾਨਾਂ ਭੁੱਲ ਕੇ ਲੜੇ ਹਨ ਨਾ ਗੁਰੂ ਹਰਗੋਬਿੰਦ ਮਹਾਰਾਜ ਦੇ ਨਾਲ ਜਿਹੜੀਆਂ ਜੰਗਾਂ ਹੋਈਆਂ ਨੇ ਮੁਗਲਾਂ ਦੀਆਂ ਉਹਨਾਂ ਦੇ ਵਿੱਚ ਇਹਨਾਂ ਨੇ ਜਾਨ ਦੀ ਪਰਵਾਹ ਨਹੀਂ ਕੀਤੀ ਹੈ ਕਿਉਂ ਨਹੀਂ ਕੀਤੀ ਇਹਨਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਪੱਤੀ ਤਵੀ ਦੇ ਉੱਤੇ ਬੈਠਿਆਂ ਨੂੰ ਦੇਖਿਆ ਸੀ ਇਹਨਾਂ ਨੇ ਬਾਬੇ ਬਿਧੀ ਚੰਦ ਨੇ ਭਾਈ ਜੇਠਾ ਜੀ ਇਹਨਾਂ ਦੀ ਅੱਖਾਂ ਸਾਹਮਣੇ ਸ਼ਹੀਦੀ ਹੋਈ ਸੀ ਉਹ ਖੂਨ ਉਬਾਲੇ ਖਾਂਦਾ ਜੀ ਵੀ ਸਾਡਾ ਗੁਰੂ ਜਿਹਦਾ ਕੋਈ ਦੋਸ਼ ਨਹੀਂ ਸੀ ਸਾਨੂੰ ਜਿਹਨੇ ਜੀਵਨ ਦਾਨ ਦਿੱਤਾ ਉਹਨੂੰ ਸ਼ਹੀਦ ਕਰਨ ਵਾਲੀ ਸਾਰੀ ਹਕੂਮਤ ਸਾਰੀ ਹਕੂਮਤ ਦਾ ਤਖ਼ਤ ਹਰਾ ਕੇ ਛੱਡਣਾ ਸੋ ਇਹ ਤਾਂ ਜਾਨਾ ਮੁੱਕ ਕੇ ਲੜੇ ਸੋ ਸਤਿਗੁਰੂ ਜੀ ਕਹਿੰਦੇ ਹਨ ਉਸ ਵੇਲੇ ਆਪ ਹੀ ਚੱਲ ਕੇ ਬਾਦਸ਼ਾਹ ਨੂੰ ਮਿਲ ਗਏ ਲਾਹੌਰ ਦੇ ਵਿੱਚ ਬਾਦਸ਼ਾਹ ਨੂੰ ਮਿਲ ਗਏ ਤੇ ਜਦੋਂ ਬਾਦਸ਼ਾਹ ਨੂੰ ਮਿਲੇ ਨੇ ਬਾਦਸ਼ਾਹ ਨੇ ਆਪਦਾ ਸਿੱਧਾ ਸਿੱਧਾ ਪਹਿਰਾਵਾ ਦੇਖਿਆ ਚਿਹਰਾ ਦੇਖਿਆ ਨਾਲ ਸਿੱਖ ਹਨ ਉਹਦੇ 'ਤੇ ਇੰਨਾ ਪ੍ਰਭਾਵ ਪਿਆ ਉਹ ਕਹਿੰਦੇ ਵੀ ਇਹ ਚੋਰ ਡਾਕੂ ਕਿਵੇਂ ਹੋ ਸਕਦੇ ਇਹ ਗਲਤ ਸੂਚਨਾ ਮਿਲੀ ਚੋਰ ਡਾਕੂ ਨਹੀਂ ਹੋ ਸਕਦੇ ਪਰ ਈਰਖਾ ਉਹਦੇ ਮਨ ਦੇ ਵਿੱਚ ਇੰਨੀ ਸੀ ਇਸਲਾਮ ਦੇ ਕਿਉਂਕਿ ਸ਼ੇਖ ਨੇ ਉਹਨੂੰ ਇਸਲਾਮ ਦੀ ਜਿਹੜੇ ਬਾਦਸ਼ਾਹ ਹੁੰਦੇ ਨੇ ਜੇ ਇਹਨਾਂ ਦੇ ਗਲਤ ਜਿਹੜੇ ਨੇ ਐਡਵਾਈਜ਼ਰ ਗਲਤ ਹੋ ਜਾਣ ਨਾ ਤਾਂ ਸਾਰਾ ਢਾਂਚਾ ਹੀ ਜੁੜ ਜਾਂਦਾ ਹੁਣ ਦੇਖੋ ਹੁਣ ਆਪਾਂ ਦੇਖਦੇ 84 ਦੇ ਵਿੱਚ ਦੇਖਦੇ ਹਾਂ ਇੰਦਰਾ ਗਾਂਧੀ ਨੂੰ ਕਹਿੰਦੇ ਨੇ ਵੀ ਉਹਨੇ ਹਮਲਾ ਕੀਤਾ ਹੁਣ ਅਖਬਾਰਾਂ ਵਾਲੇ ਹੁਣ ਮੀਡੀਆ ਵਾਲੇ ਰੌਲਾ ਪਾਉਂਦੇ ਵੀ ਜਿੰਨੇ ਉਹਦੇ ਆਲੇ ਦੁਆਲੇ ਚਿਨਾਰ ਚੌਂਕੀ ਸੀ ਜਿੰਨੇ ਐਡਵਾਈਜ਼ਰ ਸਨ ਉਹ ਗਲਤ ਸਾਰਿਆਂ ਨੇ ਉਹਨੂੰ ਗਲਤ ਸੂਚਨਾ ਦਿੱਤੀ ਵੀ ਦਰਬਾਰ ਸਾਹਿਬ ਦੇ ਅੰਦਰ ਕੀ ਹੈ ਤੁਸੀਂ ਯੂਟਿਊਬ ਤੇ ਦੇਖੋ ਸੁਬਰਾਮਨੀਅਮ ਸਵਾਮੀ ਪਤਾ ਨਹੀਂ ਕਿਹੜੀ ਪਾਰਟੀ ਦਾ ਲੀਡਰ ਹੈ ਇਹ ਪੀਐਚਡੀ ਕੀਤੀ ਹੋਈ ਹੈ ਇਹਦੀ ਤੇ ਇਹ ਸੰਤ ਜਰਨੈਲ ਸਿੰਘ ਉਹਨਾਂ ਨੂੰ ਮਿਲਣ ਗਿਆ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਬੜੀ ਨਿੱਘੇ ਵਾਤਾਵਰਨ ਦੇ ਵਿੱਚ ਮੁਲਾਕਾਤ ਹੋਈ ਤੇ ਸੰਤਾਂ ਨੂੰ ਮੈਂ ਨਮਸਕਾਰ ਕੀਤੀ ਤੇ ਸੰਤ ਪੁੱਛਦੇ ਨੇ ਵੀ ਤੂੰ ਕਿਸੇ ਗੁਰੂ ਪੀਰ ਨੂੰ ਮੰਨਦਾ ਕਹਿੰਦਾ ਹਾਂਜੀ ਮੈਂ ਮੰਨਦਾ ਕਹਿੰਦੇ ਕਿਹੜੇ ਗੁਰੂ ਪੀਰ ਨੂੰ ਮੰਨਦਾ ਕਹਿੰਦਾ ਮੇਰਾ ਗੁਰੂ ਸ਼ਿਵਜੀ ਸਵਾਮੀ ਕਹਿੰਦੇ ਤੇ ਇਹਨੂੰ ਕਹਿੰਦਾ ਮੇਰਾ ਗੁਰੂ ਸ਼ਿਵਜੀ ਸੰਤਾਂ ਦੇ ਆਲੇ ਦੁਆਲੇ ਜਿੰਨੇ ਬੈਠਣ ਸੰਤਾਂ ਦਾ ਸੁਭਾਅ ਬੜਾ ਨਿੱਘਾ ਆਸੇ ਵਾਲਾ ਤੇ ਮੈਂ ਤਾਂ ਦਰਸ਼ਨ ਕੀਤੇ ਨੇ ਬੜੀਆਂ ਆਸੇ ਵਾਲੀ ਗੱਲਾਂ ਵੀ ਕਹਿ ਦਿੰਦੇ ਸਨ ਤੇ ਉਹ ਕਹਿੰਦੇ ਵੀ ਸ਼ਿਵਜੀ ਹੈ ਜਿਹੜਾ ਉਹਦੇ ਉਹ ਜੜਾ ਜੂਟ ਹੈ ਉਹਦੇ ਗੰਗਾ ਜੜਾਂ ਦੇ ਵਿੱਚ 30,000 ਸਾਲ ਗੰਗਾ ਨਹੀਂ ਸੀ ਤੁਸੀਂ
ਤੇਰਾ ਦਿਨ ਰੰਜਾ ਕਰੇ ਇਹਦੇ ਤੇ ਤੇਪਾ ਪਾਣੀ ਦਾ ਨਹੀਂ ਕਿੰਨਾ ਤੂੰ ਉਹਦੇ ਵਰਗਾ ਕਿਵੇਂ ਬਣ ਗਿਆ ਤੇਰਾ ਗੁਰੂ ਕਿਵੇਂ ਆ ਉਹਨੇ ਚੰਨ ਫੜ ਲਿਆ ਤੇ ਨਮਸਕਾਰ ਕੀਤੀ ਮਹਾਰਾਜ ਕਹਿੰਦਾ ਤੁਹਾਡੇ ਅੱਗੇ ਮੈਂ ਕੋਈ ਜਵਾਬ ਨਹੀਂ ਦੇ ਤੁਸੀਂ ਮਹਾਂਪੁਰਖ ਮੰਨ ਕੇ ਗਿਆ ਕਹਿੰਦੇ ਜਾ ਕੇ ਦਿੱਲੀ ਦੇ ਵਿੱਚ ਵੀ ਇਹ ਗੱਲ ਯਾਦ ਰੱਖੀ ਤੇ ਜਦੋਂ ਉਹਨੇ ਦੱਸਿਆ ਮੈਨੂੰ ਇੰਦਰਾ ਗਾਂਧੀ ਮਿਲੀ ਜਿਹੜੀ ਪਾਰਲੀਮੈਂਟ ਦੀ ਕੋਰੀਡੋਰ ਦੇ ਵਿੱਚ ਹਮਲੇ ਤੋਂ ਪਹਿਲਾਂ ਮਿਲੀ 84 ਦਾ ਹਮਲਾ ਹੋਣਾ ਸੀ ਨਾ ਉਹਦੇ ਵਿੱਚ ਮਿਲੀ ਤੇ ਮੈਨੂੰ ਬਾਹਾਂ ਫੜ ਲਿਆ ਮੈਨੂੰ ਬਾਹਾਂ ਫੜ ਕੇ ਕਹਿੰਦੀ ਜਿਹੜਾ ਭਿੰਡਰਾ ਵਾਲਾ ਨਾ ਜੇਕਰ ਫੌਜ ਭਿੰਡਰਾ ਅੰਮ੍ਰਿਤਸਰ ਦੇ ਉੱਤੇ ਚਲੇਗੀ ਫੌਜ ਨੇ ਹਮਲਾ ਕਰ ਦਿੱਤਾ ਭਿੰਡਰਾ ਵਾਲਾ ਮੁਕਾਬਲਾ ਕਰੋ ਤੇ ਨਿਕਲ ਆਊਗਾ ਨੱਠ ਜਾਊਗਾ ਕਹਿੰਦਾ ਮੈਂ ਉਹਨੂੰ ਕਿਹਾ ਵੀ ਮੈਂ ਉਹਨੂੰ ਮਿਲ ਕੇ ਆਇਆ ਬਈ ਉਹਦਾ ਸੁਭਾਅ ਐਸਾ ਉਹ ਨਿੱਕਾ ਨਿੱਕਾ ਕਰਕੇ ਪੋਟਾ ਪੋਟਾ ਕਰਕੇ ਵੱਡਿਆ ਤਾਂ ਜਾਊਗਾ ਜਿਹਦੇ ਨਾਲ ਹਨ ਉਹਦੇ ਸਾਰੇ ਪੋਟਾ ਪੋਟਾ ਕਰਕੇ ਮਰ ਜਾਣਗੇ ਪਰ ਉਹਨਾਂ ਨੂੰ ਛੱਡ ਕੇ ਨਹੀਂ ਕੋਈ ਜਾਊਗਾ ਤੂੰ ਦੇਖਣਾ ਟਰਾਈ ਕਰ ਔਰ ਇਹ ਗਲਤੀ ਕਰੀ ਨਾ ਇਹੀ ਗਲਤੀ ਨਾ ਕਰੀ ਕਹਿੰਦਾ ਤੈਨੂੰ ਮਾਫ਼ ਨਹੀਂ ਕਰਨਾ ਨਾ ਰਿਆਸ ਨੇ ਮਾਫ਼ ਕਰਨਾ ਤੇ ਗਦਰ ਮੱਚ ਜਾਊਗਾ ਕਹਿੰਦਾ ਮੇਰੀ ਗਲਤੀ ਸੁਣੀ ਹਮਲਾ ਹੋ ਗਿਆ ਸ਼ਹੀਦੀਆਂ ਹੋ ਗਈਆਂ ਸਾਰਾ ਹਿੰਦੁਸਤਾਨ ਕਰਾਉਂਦਾ ਫਿਰਦਾ ਕਹਿੰਦਾ ਪ੍ਰਕਾਸ਼ਨ ਦੇ ਵਿੱਚ ਮੈਨੂੰ ਇਹ ਮਿਲੀ ਉਸੇ ਕੋਰੀਡੋਰ ਦੇ ਵਿੱਚ ਕਹਿੰਦਾ ਮੈਨੂੰ ਕਹਿੰਦੀ ਮੇਰੇ ਵੱਲ ਮੂੰਹ ਕਰਕੇ ਯੂਅਰ ਰਾਈਟ ਮਿਸਟਰ ਸੁਭਾ ਮਨੀ ਯੂਅਰ ਰਾਈਟ ਤੇ ਜਿਹੜਾ ਜਰਨਲਿਸਟ ਉਹਨੂੰ ਸਵਾਲ ਪੁੱਛਦਾ ਹੈ ਕਿ ਤੂੰ ਉਸ ਵੇਲੇ ਜਿਹੜਾ ਮੂੰਹ ਕੈਸਾ ਸੀ ਕਹਿੰਦਾ ਕਾਲਾ ਮੂੰਹ ਹੋਇਆ ਪਿਆ ਧੁਮਕਿਆ ਜਿਹਾ ਤੇ ਡਰੀ ਹੋਈ ਇੰਨੀ ਸੀਗੀ ਆਲੇ ਦੁਆਲੇ ਨੂੰ ਐਂ ਲੱਗਦਾ ਸੀ ਪਤਾ ਨਹੀਂ ਕਿੱਧਰੋਂ ਆ ਕੇ ਮੂੰਹ ਸ਼ਹੀਦੀ ਦੇ ਹੁਕਮ ਦੇ ਕੇ ਉਹਦੇ ਜੋ ਮਨ ਦੇ ਵਿੱਚ ਸੀ ਜਹਾਂਗੀਰ ਦੇ ਮਨ ਦੇ ਵਿੱਚ ਈਰਖਾ ਸੀ ਦਵੈਤ ਸੀ ਸੋ ਉਹਨੇ ਸਾਰਾ ਕੁਝ ਗੁਪਤ ਰੱਖਿਆ ਹੁਕਮ ਦੇ ਕੇ ਮੁਤਖਾਂ ਦੇ ਹਵਾਲੇ ਕਰ ਦਿੱਤਾ ਗੁਰੂ ਜੀ ਨੂੰ ਵੀ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਵੇ ਆਪ ਸਿੰਧ ਵਾਲੇ ਪਾਸੇ ਚਲੇ ਗਏ ਵੀ ਜਿਹੜਾ ਦੋਸ਼ ਲੱਗੂ ਚੰਦੂ ਦੇ ਛੱਡ ਲੱਗੂ ਕਿਸੇ ਨਾਲ ਦੇ ਜਿੰਨੇ ਉਹਦੇ ਮਿਨਿਸਟਰ ਸਨ ਜਿੰਨੇ ਉਹਦੇ ਨਾਲ ਵਾਲੇ ਸਨ ਕਿਸੇ ਨੂੰ ਵੀ ਪਤਾ ਲੱਗਾ ਦਿੱਤਾ ਵੀ ਕੀ ਉਹਦੇ ਹੁਕਮ ਦਿੱਤਾ ਆਪ ਚਲੇ ਗਿਆ ਚੰਦੂ ਨੇ ਜਿਹੜੇ ਨੇ ਉਹਨੇ ਦੇਖ ਲਓ ਸ਼ਹੀਦੀ ਤੁਸੀਂ ਸਾਰਿਆਂ ਨੇ ਸੁਣੀ ਹੈ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੂੰ 32 ਕਵੀ ਦੇ ਉੱਤੇ ਪਹਿਲੇ ਦਿਨ ਤਾਂ ਭੁੱਖਾ ਰੱਖਿਆ ਗਿਆ ਤਿੰਨ ਦਿਨ ਤਸੀਹੇ ਹੋਏ ਹਨ ਪਹਿਲੇ ਦਿਨ ਭੁੱਖਾ ਰਣਿੰਦਾ ਰੱਖਿਆ ਗਿਆ ਜਦੋਂ ਦੂਜੇ ਦਿਨ ਆਇਆ ਤਾਂ ਚੰਦੂ ਨੇ ਦੇਖਿਆ ਉਹੀ ਗੱਲਾਂ ਮੁੜ ਮੁੜ ਦੁਹਰਾਉਂਦਾ ਸੀ ਵੀ ਤੁਸੀਂ ਸਲਾਮ ਪਰਵਾਸ ਕੰਕੂਲ ਕਰ ਲਵੋ ਅਤੇ ਮੇਰੀ ਲੜਕੀ ਦਾ ਰਿਸ਼ਤਾ ਅਜੇ ਵੀ ਲੈ ਲਵੋ ਅਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਵੀ ਅਸੀਂ ਆਪਣੇ ਸਿੱਖਾਂ ਨੂੰ ਇਹ ਉਪਦੇਸ਼ ਦਿੱਤਾ ਹੈ ਚੰਦ ਵਿਨਾਸੀ ਸੂਰ ਵਿਨਾਸੀ ਰੱਬ ਸਸੀਰ ਦੇ ਦਾਦਾ ਦ੍ਰਿਸ਼ਟਮਾਨ ਹੈ ਸਗਰ ਵਿਨਾਸੀ ਇੱਕ ਸਾਧ ਵਚਨ ਦਿਨ ਚਲਾਦਾ ਸਾਰਾ ਚੰਦਰਮਾ ਸੂਰਜ ਧਰਤੀ ਤਾਰੇ ਸਭ ਹੋ ਜਾਣ ਨਾਸ ਹੋ ਜਾਣ ਪਰ ਜੋ ਗੁਰੂ ਦਾ ਕਹਿਣਾ ਹੋਇਆ ਬੋਲ ਆ ਉਹ ਨਾਸ ਨਹੀਂ ਹੁੰਦਾ ਗੁਰੂ ਇੱਕ ਵਾਰ ਅਸੀਂ ਆਪਣੇ ਸਿੱਖਾਂ ਨੂੰ ਉਪਦੇਸ਼ ਕਰ ਦਿੱਤਾ ਨਾ ਉਹ ਬਦਲਣ ਵਾਲਾ ਨਹੀਂ ਉਹ ਡਰ ਰਹੇਗਾ ਜੋ ਤੈਨੂੰ ਕਹਿ ਦਿੱਤਾ ਅਸੀਂ ਇਹਦੇ ਤੇ ਅਟਲ ਅਸੀਂ ਨਹੀਂ ਇਹ ਬਦਲ ਸਕਦੇ ਇਹ ਅਟਲ ਰਹੂਗਾ ਤੂੰ ਜਿੰਨਾ ਜ਼ੋਰ ਲਾਉਣਾ ਨਾਲ ਚੰਦੂ ਸਣ ਵੱਲ ਕੇ ਕੋਲੇ ਹੋ ਗਿਆ ਅਤੇ ਦੂਜੇ ਦਿਨ ਧਰਤੀ ਰੇਤ ਪਾਈ ਗਈ ਅਤੇ ਜਦੋਂ ਤੀਜਾ ਦਿਨ ਆਇਆ ਤਾਂ ਦੇਖਿਆ ਵੀ ਹਜੇ ਵੀ ਗੁਰੂ 'ਤੇ ਕੋਈ ਅਸਰ ਨਹੀਂ ਹੈ ਜਹਾਂ ਜਿਹੜਾ ਸੀ ਸਾਈਂ ਮੀਆਂ ਵੀਰ ਵੀ ਆਇਆ ਸਾਈਂ ਮੀਆਂ ਵੀਰ ਨੇ ਸਵਾਲ ਕੀਤਾ ਸੀ ਗੁਰੂ ਰਾਮਦਾਸ ਮਹਾਰਾਜ ਦਾ ਅੰਮ੍ਰਿਤਸਰ ਦੇ ਵਿੱਚ ਜਦੋਂ ਆਪ ਤਖ਼ਤ 'ਤੇ ਵਿਰਾਜਮਾਨ ਸਨ ਸੀਸ ਨਾਮ ਦਾ ਸੀ ਸਾਈਂ ਮੀਆਂ ਇਹ ਸਵਾਲ ਕੀਤਾ ਸੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਕਿ ਸੱਚੇ ਪਾਤਸ਼ਾਹ ਆਪ ਜੀ ਦੀ ਬਾਣੀ ਦੇ ਵਿੱਚ ਵਚਨ ਹੈ ਗੁਰੂ ਪਿਤਾ ਗੁਰੂ ਰਾਮਦਾਸ ਮਹਾਰਾਜ ਦਾ ਕਿ ਤਨ ਮਨ ਕਾਟ ਕਾਟ ਸਭ ਅਰਥੀ ਵਿੱਚ ਅਗਨੀ ਆਪ ਜਲਾਈ ਮਨੁੱਖ ਹੈ ਜਿਹੜਾ ਉਹਦੇ ਤੇ ਗੱਲ ਵਾਪਰਦੀ ਹੈ ਕਿ ਤੁਸੀਂ ਕਾਵਿਕ ਅੱਧ ਕਥਨੀ ਵਰਤੀ ਹੈ ਇਹ ਸਿਮਲੀਜ਼ ਨੇ ਸਿਮਲੀ ਅੰਦਰ ਬਿੰਬ ਹੁੰਦੇ ਨੇ ਜਿਹੜੇ ਕਿਸੇ ਚੀਜ਼ ਨੂੰ ਵੱਡਾ ਕਰਨ ਖਾਤਰ ਕਹੇ ਹੋਏ ਅਤੇ ਗੁਰੂ ਅਰਜਨ ਦੇਵ ਮਹਾਰਾਜ ਚੁੱਪ ਕਰਕੇ ਸਾਈਂ ਮੀਆਂ ਵੀਰ ਇਸ ਗੱਲ ਦਾ ਅਜੇ ਸਮਾਂ ਨਹੀਂ ਆਇਆ ਜਦੋਂ ਸਮਾਂ ਆਇਆ ਤਾਂ ਇਹਦਾ ਫੇਰ ਜਵਾਬ ਦੇਵਾਂ ਜਦੋਂ ਸਾਈਂ ਮੀਆਂ ਵੀਰ ਚੰਦੂ ਦੀ ਹਵੇਲੀ ਦੇ ਵਿੱਚ ਆਇਆ ਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੁਸੀਂ ਸਵੀ ਦੇ ਉੱਤੇ ਬੈਠਿਆ ਸਾਈਂ ਮੀਆਂ ਵੀਰ ਧਾਹਾਂ ਮਾਰ ਕੇ ਰੋਇਆ ਕਹਿੰਦੇ ਰੋ ਨਾ ਇਹ ਤੇਰੇ ਉਸ ਸਵਾਲ ਦਾ ਜਵਾਬ ਆ ਜਿਹੜਾ ਤੈਨੂੰ ਤਖ਼ਤ ਤੇ ਬੈਠਿਆ ਨੇ ਸਾਨੂੰ ਪੁੱਛਿਆ ਸੀ ਦੇਖ ਲਾ ਜਿਹੜਾ ਹੋ ਜਾਈ ਹੈ ਮਨ ਦੇ ਵਿੱਚ ਸ਼ਾਂਤੀ ਹੋ ਗਈ ਹੈ ਬਦਲਿਆ ਤੂੰ ਸਾਡਾ ਸਾਈਂ ਮੀਆਂ ਵੀਰ ਧਾਹਾਂ ਮਾਰ ਰੋਵੇ ਤੇ ਆਪਣੇ ਅਧਿਆਤਮਕ ਬਲ ਨਾਲ ਕਹਿੰਦੇ ਗੁਰੂ ਜੀ ਨੇ ਮੈਨੂੰ
ਜੇ ਮੈਨੂੰ ਆਗਿਆ ਦਵੋ ਤਾਂ ਮੈਂ ਸਾਰਾ ਕੁਛ ਤਬਾਹ ਕਰ ਦੂੰਗਾ। ਤਾਂ ਸਤਿਗੁਰ ਕਹਿਣ ਲੱਗੇ ਵੀ ਅੱਖਾਂ ਮੀਚ ਕੇ 84 ਸਿੱਧ ਆਲੇ ਦੁਆਲੇ 33 ਕਰੋੜ ਦੇਵਤੇ ਸਾਰੇ ਸਾਈ ਮੀਆਂ ਮੀਰ ਨੂੰ ਕੱਲੇ ਨੂੰ ਲਿਖੇ ਜਾਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਲਿਖਦੇ ਸਨ, ਸਾਨੂੰ ਲੋਕਾਂ ਨੂੰ ਵੀ ਨਹੀਂ ਦੇ, ਕਿਉਂਕਿ ਆਪਾਂ ਸਵਾਲ ਕਰਦੇ ਹਾਂ ਨਾ, ਸਾਰਿਆਂ ਦਾ ਸਵਾਲ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਹੀ ਜਵਾਬ ਦਿੱਤੇ ਨੇ। ਆਪਾਂ ਕਹਿੰਦੇ ਵੀ ਰੱਬ ਕਿੱਥੇ ਹੈ, ਅਦ੍ਰਿਸ਼ਟ ਚੀਜ਼ਾਂ ਨੀਵੀਆਂ ਕਿਉਂ ਨੇ? ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਇਹ ਜਵਾਬ ਦਿੰਦੇ ਹਨ ਕਿ ਹਰ ਵੇਖਣ ਕੋ ਸਭ ਕੋਈ ਲੋਚਾ। ਸਾਰੀ ਦੁਨੀਆਂ ਚਾਹੁੰਦੀ ਆ ਹਰੀ ਨੂੰ ਵੇਖਣ ਦੇ ਲਈ, ਸਾਰੇ ਚਾਹੁੰਦੇ ਨੇ, ਪਰ ਕਹਿੰਦੇ ਨੇ ਨੀਂਦਾ ਕਿਉਂ ਨਹੀਂ? ਸੋ ਵੇਖਿਆ ਜਿਸ ਆਪ ਦਿਖਾਉਂਦੇ, ਨੀਂਦਾ ਉਹਨੂੰ ਆ ਜਿਹਦੇ ਉੱਤੇ ਦਇਆ ਕਰਕੇ ਆਪ ਦਿਖਾਉਂਦਾ ਹੈ, ਹੋਰ ਕਿਸੇ ਨੂੰ ਨਹੀਂ ਨੀਂਦਾ। ਜਿਹਦੇ ਉੱਤੇ ਜਿਹਨੂੰ ਉਹ ਆਪਣਾ ਆਪਾ ਦਿਖਾਉਣਾ ਚਾਹੁੰਦਾ ਨਾ, ਉਹ ਦੇਖ ਸਕਦਾ, ਹੋਰ ਕੋਈ। ਸੋ ਜਦੋਂ ਦੇਖ ਲਿਆ ਤਾਂ ਕਹਿੰਦੇ ਸਾਨੂੰ ਆਪਣੀ ਰਜਾ ਦੇ ਵਿੱਚ ਰਹਿਣਾ, ਭਾਣੇ ਵਿੱਚ ਵਿਘਨ ਜਾਂਦੇ, ਇਹ ਸਾਡੀ ਰਜਾ ਹੈ, ਸਾਡੀ ਖੇਡ ਹੈ। ਤੋ ਸਤਿਗੁਰੂ ਗੁਰੂ ਅਰਜਨ ਦੇਵ ਸਿੰਘ ਜੀ ਪਾਤਸ਼ਾਹ ਦੇ ਕੋਲ ਚੰਦੂ ਦੀ ਨੂੰਹ ਵੀ ਆਈ, ਉਹ ਸਿੱਖਾਂ ਦੀ ਧੀ ਸੀ, ਉਹਨੇ ਆ ਕੇ ਅਰਦਾਸ ਕੀਤੀ, ਉਹ ਦੁੱਧ ਦੇ ਵਿੱਚ ਮਿੱਠਾ ਘੋਲ ਕੇ ਲੈ ਕੇ ਆਈ ਸੀ। ਕਹਿੰਦੇ ਸਤਿਗੁਰੂ ਜੀ ਇਹ ਛਕੋ, ਜਿੱਦਣ ਦੇ ਤੁਸੀਂ ਆਏ ਹੋ ਮੈਂ ਅਨਮਾਲੀ ਨਹੀਂ ਛਕਿਆ, ਨਾ ਮੈਂ ਹੁਣ ਇਹਨਾਂ ਦੇ ਘਰ ਰਹਿਣਾ, ਮੈਂ ਫੈਸਲਾ ਕਰ ਲਿਆ ਵੀ ਮੈਂ ਤੁਹਾਤੋਂ ਪਹਿਲਾਂ ਹੀ ਸਰੀਰ ਛੱਡ ਜਾਣਾ, ਮੇਰੇ ਉੱਤੇ ਇਹ ਕਿਰਪਾ ਕਰੋ ਕਿ ਮੈਂ ਰਹਿਣਾ ਨਹੀਂ ਚਾਹੁੰਦੀ, ਇਹਨਾਂ ਦੇ ਘਰ ਦਾ ਕੁਛ ਵੀ ਖਾਣਾ ਨਹੀਂ ਚਾਹੁੰਦੀ, ਮੇਰਾ ਵਿਆਹ ਇਹਨਾਂ ਦੇ ਘਰ ਦੇ ਵਿੱਚ ਕਰ ਦਿੱਤਾ, ਚੰਗਾ ਹੁੰਦਾ ਜੇ ਸਿੱਖਾਂ ਦੇ ਘਰ ਵਿੱਚ ਵਿਆਹੀ ਜਾਂਦੀ ਹੈ, ਜਾਲਮਾਂ ਦੇ ਘਰ ਦੇ ਵਿੱਚ ਵਿਆਹ ਦਿੱਤਾ, ਹੁਣ ਮੇਰੇ ਉੱਤੇ ਇਹ ਦਇਆ ਕਰੋ ਕਿ ਮੈਨੂੰ ਤੁਹਾਡੇ ਜਾਣ ਤੋਂ ਪਹਿਲਾਂ ਹੀ ਮੇਰਾ ਸਰੀਰ ਖਤਮ ਹੋ ਜਾਵੇ। ਸਤਿਗੁਰੂ ਕਹਿਣ ਲੱਗੇ ਕਿ ਪੁੱਤਰੀਏ ਤੋਂ ਪਾਣੀ ਲੈ ਕੇ ਆਈਆਂ ਸੀ, ਇਹ ਵਾਅਦਾ ਕਰ ਸਕਿਆ ਵੀ ਇਹਦੇ ਘਰ ਦਾ ਕੁਛ ਵੀ ਖਾਣਾ ਨਹੀਂ ਹੈ, ਹਾਂ ਅੱਗੋਂ ਤੋਂ ਜਦੋਂ ਸਾਡਾ ਇਹ ਦਿਨ ਸਿੱਖ ਪੰਥ ਮਨਾਇਆ ਕਰੇਗਾ, ਇਹ ਪਾਣੀ ਵਰਤਿਆ ਕਰੇਗਾ ਸਾਰਾ, ਤੇਰੀ ਯਾਦ ਦੇ ਵਿੱਚ ਅਸ਼ਵੀਲਾ ਚੱਲਦੀਆਂ ਜਿਹੜੇ ਮਿੱਠੇ ਪਾਣੀ ਦੀਆਂ, ਤੇ ਉਸ ਬੀਬੀ ਦੀ ਯਾਦ ਕਰਦੇ। ਗੁਰੂ ਅਰਜਨ ਮਹਾਰਾਜ ਦੀ ਸ਼ਹੀਦੀ ਦੇ ਵਿੱਚ ਉਹਨਾਂ ਦਾ ਵਚਨ ਹੋਇਆ ਗੁਰੂ ਸਾਹਿਬ ਜੀ ਦਾ। ਸੋ ਇਹ ਉਸ ਤੰਦੂ ਦੀ ਨੂੰਹ ਦੀ ਯਾਦ ਦੇ ਵਿੱਚ, ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦਾ ਵਚਨ ਜਿਹੜਾ ਹੋਇਆ ਇਹ ਪੂਰਾ ਹੋ ਰਿਹਾ। ਸੋ ਉਹ ਬੀਬੀ ਵੀ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਹੀ ਆਪਣਾ ਸਰੀਰ ਛੱਡ ਗਈ ਸੀ। ਤੋ ਸਤਿਗੁਰੂ ਜੀ ਨੇ ਨਹਾਉਣ ਦੀ ਇੱਛਾ ਪ੍ਰਗਟ ਕੀਤੀ, ਉੱਥੇ ਜਾ ਕੇ ਰਾਜੀ ਦੇ ਕੰਢੇ ਸਤਿਗੁਰੂ ਨੇ ਇਸ਼ਨਾਨ ਕੀਤਾ ਹੈ ਤੇ ਉੱਥੇ ਹੀ ਸੰਸਕਾਰ ਕੀਤਾ। ਸੰਸਕਾਰ ਲਿਖਿਆ ਹੈ ਇਤਿਹਾਸ ਸਾਡਾ ਗੁਰੂ ਪ੍ਰਤਾਪ ਸੂਰਜ ਗ੍ਰੰਥ, ਇਹ ਕਹਿੰਦਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦਾ ਸੰਸਕਾਰ ਕੀਤਾ, ਡੇਰਾ ਬਣਾਇਆ, ਫਿਰ ਗੁਰੂ ਅਰਜਨ ਗੁਰੂ ਅਰਜਨ ਮਹਾਰਾਜ ਗਏ ਹਨ ਉਸ ਥਾਂ ਦੇ ਉੱਤੇ ਡੇਰਾ ਬਣਾਇਆ ਹੈ। ਸੋ ਹਰੇਕ ਸਾਲ ਉੱਥੇ ਸਿੱਖ ਸੰਗਤਾਂ ਨੂੰ ਪਾਕਿਸਤਾਨ ਦੇ ਵਿੱਚ ਜਾ ਕੇ ਗੁਰੂ ਅਰਜਨ ਦੇਵ ਮਹਾਰਾਜ ਦਾ ਉਹ ਸਥਾਨ ਜਿਹੜਾ ਉੱਥੇ ਜਾ ਕੇ ਧਾਹਾਂ ਮਾਰ ਕੇ ਨਾਲੇ ਰੋਂਦੇ ਹਨ ਤੇ ਨਾਲੇ ਜਾ ਕੇ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ੁਕਰ ਕਰਦੇ। ਸੋ ਇਹ ਸਤਿਗੁਰੂ ਜੀ ਦੀ ਸੰਖੇਪ ਦੇ ਵਿੱਚ ਸ਼ਹੀਦੀ ਹੈ। ਲੋਕ ਭੁੱਲ ਜਾਂਦੇ ਹਨ, ਡਰ ਜਾਂਦੇ ਹਨ ਗੁਰੂਕਾਂ ਦੇ, ਪਰ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਦੇ ਅੰਦਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਜੋਤ ਪ੍ਰਕਾਸ਼ਮਾਨ ਹੋ ਗਈ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਬੀੜਾ ਟੁੱਟ ਲਿਆ, ਸਾਰਾ ਹੀ ਢਾਂਚਾ ਹੈ ਜਿਹੜਾ ਉਹ ਬਦਲ ਦਿੱਤਾ ਤੇ ਅਕਾਲ ਤਖ਼ਤ ਤੋਂ ਜਿਹੜਾ ਆਪ ਜੀ ਨੇ ਪਹਿਲਾ ਉਪਦੇਸ਼ ਬਖਸ਼ਿਸ਼ ਕੀਤਾ ਉੱਥੇ ਆਪ ਜੀ ਨੇ ਕਿਹਾ ਵੀ ਸੂਰਮਿਓ ਜਿਹੜੇ ਦਰਿਆ ਹਨ ਉਹ ਚਸ਼ਮਿਆਂ ਤੋਂ ਨਿਕਲਦੇ ਹਨ, ਹੌਲੀ ਹੌਲੀ ਤੁਰਦੇ ਹਨ, ਕਦੇ ਇਹ ਨਾ ਸੋਚਿਓ ਸਾਡੇ ਕੋਲ ਹਥਿਆਰ ਨਹੀਂ, ਅਸੀਂ ਸੂਰਮੇ ਨਹੀਂ, ਸਾਡੇ ਕੋਲ ਤਲਵਾਰਾਂ ਨਹੀਂ, ਅਸੀਂ ਮੁਗਲ ਹਕੂਮਤ ਦੇ ਨਾਲ ਕਿਵੇਂ ਲੜਾਂਗੇ। ਕਹਿੰਦੇ ਚਸ਼ਮੇ ਨੇ ਜਿਹੜੇ ਥੋੜ੍ਹੇ ਥੋੜ੍ਹੇ ਚਸ਼ਮਿਆਂ ਦੇ ਵਿੱਚੋਂ ਦਰਿਆ ਨਿਕਲਦੇ, ਫਿਰ ਉਹਦਾ ਪੈਰ ਏਡਾ ਵੱਡਾ ਹੋ ਜਾਂਦਾ, ਸਭ ਕੁਛ ਲੜਾ ਕੇ ਲੈ ਜਾਂਦਾ, ਤੁਸੀਂ ਸੂਰਮੇ ਹੋ, ਸਭ ਕੁਛ ਤੁਹਾਡੇ ਅੰਦਰ ਆ ਜਾਵੇਗਾ। 11-12 ਸਾਲ ਦੀ ਉਮਰ ਵਿੱਚ ਮਹਾਰਾਜ ਨੇ ਇਹੋ ਜਿਹਾ ਉਪਦੇਸ਼ ਦਿੱਤਾ ਤੇ ਮਹਾਰਾਜ ਦੀ ਇਸ ਉਪਦੇਸ਼ ਨੂੰ ਸੁਣ ਕੇ ਕਲਮਾਂ ਚੱਕਣ ਵਾਲੇ ਭੱਟ, ਤਕੜੀਆਂ ਤੋਲਣ ਵਾਲੇ ਪਿੰਡਾਂ ਦੇ ਲੋਕ, ਜਿਹਨਾਂ ਨੂੰ ਜਿਹੜੇ ਹਲ ਵਾਹੁਣ ਸਨ ਵਾਲੇ ਸਨ, ਉਹ ਸਾਰੇ ਸਾਰੇ ਉੱਠ ਕੇ ਮਹਾਰਾਜ ਦੀ ਫੌਜ ਦੇ ਅੰਦਰ ਆਏ। ਚਾਰ ਜੰਗਾਂ ਹਜੇ ਉਹਨੇ ਲੜੀਆਂ, ਚਾਰਾਂ ਜੰਗਾਂ ਦੇ ਵਿੱਚ ਜਿਹੜੀ ਫੌਜ ਹੈ ਉਹ 7000 ਤੋਂ ਸ਼ੁਰੂ ਹੋ ਕੇ ਅਖੀਰਲੀ ਜੰਗ ਕਰਤਾਰਪੁਰ ਦੀ ਹੋਈ ਹੈ, ਉਹਦੇ ਵਿੱਚ ਲੱਖ ਤੱਕ ਪਹੁੰਚ ਗਈ ਸੀ। ਸਾਰੀ ਦੀ ਸਾਰੀ ਫੌਜ ਸਣੇ ਜਰਨੈਲਾਂ ਦੇ ਗੁਰੂ ਹਰਗੋਬਿੰਦ ਮਹਾਰਾਜ ਨੇ ਖਤਮ ਕਰ ਦਿੱਤੀ ਤੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਦੀ ਯਾਦ ਦੇ ਵਿੱਚ ਅਕਾਲ ਤਖ਼ਤ ਸਾਹਿਬ ਸਾਨੂੰ ਪ੍ਰਾਪਤ ਹੋਇਆ ਤੇ ਪਹਿਲਾ ਜਿਹੜਾ ਪਾਠ ਹੈ ਸਹਿਜ ਪਾਠ ਗੁਰੂ ਅਰਜਨ ਦੇਵ ਮਹਾਰਾਜ ਨੇ ਜੋ ਬਾਣੀ ਦਾ ਦਾਨ ਦਿੱਤਾ ਸੀ ਉਹ ਗੁਰਦਾਸ ਸਾਹਿਬ ਜੀ ਨੇ ਕਰਕੇ ਭੋਗ ਪਾਇਆ ਤੇ ਸ਼ੁਕਰ ਦੇ ਵਿੱਚ ਸਤਿਗੁਰੂ ਦਾ ਸ਼ੁਕਰ ਕੀਤਾ, ਸਤਿਗੁਰੂ ਦੇ ਅੱਗੇ ਅਰਦਾਸਾਂ ਕੀਤੀਆਂ, ਸਤਿਗੁਰੂ ਕਿਰਪਾ ਕਰਨਾ। ਇਹ ਯਾਦ ਰੱਖਣਾ ਹੈ, ਇੱਕ ਗੱਲ ਮੈਂ ਭੁੱਲ ਗਿਆ,
ਗੁਰੂ ਅਰਜਨ ਦੇਵ ਸਾਹਿਬ ਨੂੰ ਜਦੋਂ ਜਾਣਗੇ ਤਾਂ ਪੁੱਛਿਆ ਵੀ 2 ਲੱਖ ਦਾ ਤੁਹਾਡੇ ਉੱਤੇ ਦੰਦ ਲਾਇਆ 2 ਲੱਖ ਰੁਪਈਆ ਉਹ ਤੁਹਾਨੂੰ ਜੁਰਮਾਨਾ ਲਾਇਆ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਵੀ ਇਹ ਕਾਹਦਾ ਕਹਿੰਦੇ ਤੁਸੀਂ ਜਿਹੜਾ ਖੁਸਰੋ ਹੈ ਉਹਨੂੰ ਤੁਸੀਂ ਲਗਨ ਚਕਾਇਆ ਤੇ ਉਹਨੂੰ ਮਦਦ ਕੀਤੀ ਮਹਾਰਾਜ ਕਹਿੰਦੇ ਬਈ ਸਾਡੇ ਕੋਲ ਕੋਈ ਵੀ ਆ ਜਾਵੇ ਸੰਗਤ ਦੇ ਵਿੱਚ ਉਹਨੂੰ ਅਸੀਂ ਮਦਦ ਕਰਦੇ ਹਾਂ ਲੰਗਰ ਗੁਰੂ ਨਾਨਕ ਦੇ ਦਰ ਦਾ ਸਾਰਿਆਂ ਨੂੰ ਬਾਕੀ ਜੇ ਕੋਈ ਕਹਿੰਦਾ 2 ਲੱਖ ਦੇ ਮੈਂ 2 ਲੱਖ ਤੈਨੂੰ ਕਿੱਥੋਂ ਦੇਣਾ ਹੈ ਇਹ ਗੁਰੂ ਨਾਨਕ ਦੇ ਘਰ ਦਾ ਪੈਸਾ ਮੈਂ ਕੋਈ ਬਾਦਸ਼ਾਹ ਨਹੀਂ ਕੋਈ ਰਾਜਾ ਨਹੀਂ ਹੈ ਜਿਹੜਾ ਤੈਨੂੰ ਪੈਸਾ ਦੇ ਦੂੰ ਇਹ ਇੱਕ ਪਾਸੇ ਆਉਂਦਾ ਤੇ ਦੂਜੇ ਪਾਸੇ ਚਲੇ ਜਾਂਦਾ ਗੁਰੂ ਨਾਨਕ ਦੇ ਘਰ ਦਾ ਇੱਕ ਪੈਸਾ ਵੀ ਮੈਂ ਬਰਬਾਦ ਨਹੀਂ ਹੋਣਾ ਸੋ ਇਹ ਹਕੂਮਤਾਂ ਹਨ ਜਿਹੜੇ ਪ੍ਰਬੰਧਕ ਹਨ ਇਸ ਗੱਲ ਨੂੰ ਧਿਆਨ ਨਾਲ ਸੋਚ ਲੈਣ ਕਿ ਗੁਰੂ ਅਰਜਨ ਦੇਵ ਮਹਾਰਾਜ ਨੇ ਸ਼ਹੀਦੀ ਦਿੱਤੀ ਹੈ ਇੱਕ ਪੈਸਾ ਗੋਲਕ ਦਾ ਉਹ ਬਰਬਾਦ ਨਹੀਂ ਹੋਣਾ ਅਤੇ ਆਪਾਂ ਜੇ ਖੁਸ਼ੀਆਂ ਲੈਣੀਆਂ ਚਾਹੁੰਦੇ ਹਾਂ ਆਪਾਂ ਆਪਣੇ ਦਿਮਾਗ ਨਾਲ ਸੋਚਿਆ ਕਰੀਏ ਕਿ ਗੁਰੂ ਨਾਨਕ ਦੇ ਦਰ ਦਾ ਪੈਸਾ ਜਿਹੜਾ ਇੱਕ ਪੈਸਾ ਕਰਕੇ ਸੰਗਤ ਦਿੰਦੀ ਹੈ ਇਹ ਸੰਗਤ ਦੇ ਭਲੇ ਖਾਤਰ ਲੱਗੇ ਸੰਗਤ ਦੀ ਭਲਾਈ ਖਾਤਰ ਲੱਗੇ ਸਾਡੇ ਆਪਣੇ ਝਗੜਿਆਂ ਵਿੱਚ ਨਾ ਜਾਂਦੇ ਤਾਂ ਸਾਨੂੰ ਮੇਰਾ ਕਰਨ ਸਭਨਾਂ ਦਾ ਮੇਰਾ ਕਰਨ ਅਤੇ ਗੁਰੂ ਸਿੱਖੀ ਦਾ ਲਾਜ ਬਖਸ਼ਣ ਨਾਮ ਦਾ ਆਸਰਾ ਬਖਸ਼ਣ ਖੁਦਾ ਗਲਤੀਆਂ ਦੀ ਸੇਵਾ ਕਰਨੀ ਆਪ ਦੇ ਬੁਲਾ ਕੇ ਆਸਰਾ ਮੰਗੀਏ ਵਾਹਿਗੁਰੂ ਜੀ ਕਾ ਖਾਲਸਾ